ni parla nam di jiji ram tainu taruga ni vagru tainu taruga alla tainu taruga चार साढ़े चार का पर नजारा आ गया
ਇੱਕ ਆ ਸਾਹਮਣੇ ਖੜਾ ਤੁਹਾਡੇ, ਇੱਕ ਉਹ ਬੈਠਾ ਹੈ। ਇਹ ਰੱਬ ਦੀ ਮਿਹਰ ਨਾਲ ਦੋਵੇਂ ਹੀ ਉਹ ਹੈ ਵੀ ਜਿਹੜੇ ਸਟੇਜ 'ਤੇ ਆ ਕੇ ਕਹਿ ਦਿੰਦੇ ਆ ਵੀ ਯਾਰ ਲੇਟ ਲੂਟ ਨਹੀਂ ਹੋਇਆ ਸੀ, ਨਾ ਪ੍ਰਬੰਧਕਾਂ ਨੇ ਲੇਟ ਕੀਤਾ, ਕਿਉਂਕਿ ਜਦੋਂ ਤੂੰਬਾ ਵੱਜਣਾ ਹੀ 7 ਵਜੇ ਆ, ਮੈਂ ਮਾਮਾ ਲੱਗਦਾ ਵਿੱਚ ਆਈ ਪੰਬੇ ਦਾ ਕੰਮ ਹੈ। ਔਰ ਧਰਨਾ ਮੈਂ ਪਹੀ ਤਾਂ ਖੜੇ ਹੋ ਗਏ 2.5-3 ਘੰਟੇ, ਪਰ ਮੇਰਾ ਜੀ ਕਰਦਾ ਸੀ ਹੋਰ ਗਾਵੇ, ਕਿਉਂਕਿ ਇਹ ਉਹ ਹੈ ਜਿਹੜਾ ਪੰਜਾਬ ਨੂੰ ਚਾਹੀਦਾ ਹੈ। ਇਹ ਪੰਮਾ ਡੂਮੇ ਵਾਲੀ ਆ, ਇਹ ਉਹ ਗਵਈਆ ਹੈ, ਭੇਜਿਆ ਮਹਾਰਾਜ ਨਹੀਂ ਹੈ, ਨਾ ਇਹਦੇ ਵੱਸ ਹੈ ਕੁਛ, ਨਾ ਮੇਰੇ ਵੱਸ ਹੈ, ਪਰ ਇਹ ਦੇਸੀ ਘਿਓ ਆ ਪੰਜਾਬ ਦਾ। ਰਿੜਕ ਲਓ ਅਤੇ ਮੱਖਣ ਹੈ ਕੁੱਟੀ, ਚਲੋ ਚੂਰੀਆਂ ਘਿਓ ਦੀਆਂ ਅਤੇ ਖਾਈ ਚਲੋ, ਇਹ ਇਹ ਉਹ ਗਵਈਏ ਹੈ।
बड़ी मेहरबानी। शहीद आजम सरदार भगत सिंह पहला ही नाम इस महफल का, इस सभा का, और बहुत वड्डा नाम, माण करन वाला नाम, सदीवी रहन वाला नाम, अणखी नाम, ओ सरदार दी जद्दी करम भूमि दे वारसो, और जिन्ना चाहुंदियां पहला तां साडियां मावां आउंदियां, क्योंकि यही वो मावां ने जिन्हां दियां कुखां नूं भाग लगे ते फिर ऐसे योधे ऐसे शहीद पैदा होए। ये मेरिया मावां, रब वर्गियां मावां, भैणां मेरिया, और बहुत चढ़दी कला च बैठे साडे बापू श्री, साडे बुजुर्ग साहिबान, और तमाम मेरे वीर दोस्त सारे भरा, उम्रां च माड़ा मोटा इधर उधर, कोई वड्डे बैठे दो चार साल, कोई मेरे बराबर जिहदे बैठे, कोई छोटे बैठे है, छोटे बच्चे, साडे सत्कारयोग पुलिस ऑफिसर साहिबान, इत्थों दा मीडिया, और इस प्रोग्राम नूं ऑर्गेनाइज करन वाले वो सारे भैण भरा, वो टीम सारी जिन्होंने ये एडा वड्डा हार विड्या, तुहाडे सारयां दे अंदर वसदे उस परमात्मा नूं मेरा कोटी कोट प्रणाम। आ मूवी वाले भरा साडे, टेंट लाउण वाले भरा, आपो अपनियां दुकानां ला के कर्म धर्म दोने कमाउण आए, वो सारे भैण भरा उन्हां नूं भी प्रणाम, ते मना मूही प्यार करी फिर साडे अपने पम्मे लई, ਭਾਵੇਂ ਡੂਮੇ ਵਾਲੇ ਲਈ। ਮੈਂ ਕਰੀ ਫਿਰ ਕਹਿੰਦਾ ਵੀ ਕਿਹਦੇ ਲਈ ਤਾੜੀ, ਕਰੀ ਫਿਰ ਮਾਰ ਦਿਓ, ਜਿਵੇਂ ਕਹਿੰਦੇ ਹੁੰਦੇ ਨਾ ਵੀ ਆਸ਼ਕ ਤੇ ਮਸ਼ੂਕ ਦਾ ਇੱਕ ਪਿਆਰ ਜਿਹਾ ਬਣਦਾ ਜਾਂਦਾ, ਤੇਰੇ ਨਾਲ ਉਹੀ ਹੁੰਦਾ ਜਾਂਦਾ। ਇਹਦਾ ਇਹ ਮੈਨੂੰ ਇਕੱਲੇ ਨੂੰ ਨਹੀਂ, ਜਿੰਨੇ ਵੀ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬੀ ਨੂੰ, ਮਿੱਟੀ ਨੂੰ, ਆਪਣੇ ਵਿਰਸੇ ਨੂੰ, ਹੈ ਆਪਣੇ ਸੱਭਿਆਚਾਰ ਨੂੰ, ਆਪਣੇ ਆਉਣ ਵਾਲੇ ਸਮੇਂ ਪ੍ਰਤੀ ਜਿਹੜੇ ਜਿਹੜੇ ਚਿੰਤਨ ਕਰਦੇ ਆ, ਜ਼ਿੰਮੇਵਾਰ ਲੋਕ ਆ ਜਿਹੜੇ ਸਮਾਜ 'ਚ, ਤਾਂ ਇਹ ਉਹਨਾਂ ਲੋਕਾਂ ਦੇ ਪਿਆਰੇ ਹੈ, ਤਾਂ ਸਾਰੇ ਤੈਨੂੰ ਪਿਆਰ ਕਰਦੇ ਆ, ਔਰ ਬਹੁਤ ਕਰਦੇ ਆ। ਇੱਦਾਂ ਹੀ ਬੜਾ ਸ਼ਰਾਰਤੀ ਹੈ ਉਹ, ਮੇਰੇ ਕੋਲ ਕਈ ਸਾਲ ਪਹਿਲਾਂ ਦੀ ਉਹ ਲਾਲ ਰੰਗ ਦੀ ਪਜਾਰੋ ਹੈ, ਇਹਦੇ ਕੋਲ ਸੀਗੀ ਉਹ ਲਾਲ ਅਤੇ ਚਿੱਟੀ ਜੀ, ਮੈਂ ਹੁਣ ਤੇਰੀ ਆ, ਹੁਣ ਜਮ੍ਹਾਂ ਲਾਲ ਲਿਆ ਹੈ, ਮੈਂ ਹੁਣ ਹੋਰ ਲਊਂ, ਮੈਂ ਹਰੇ ਰੰਗ ਦੀ ਲਊਂਗਾ ਹੁਣ। ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ, ਆਹੀ ਆ ਭਰਾਵਾਂ ਦੀਆਂ ਗੱਲਾਂ, ਅੱਧਾ ਸਵਾਰ ਵਧਾਈ ਯਾਰ, ਇੱਥੇ ਇਸ ਰੰਗ ਚ ਗੱਲ ਕਹਿੰਦੇ ਆ। ਆਵਾਜ਼ ਸਾਰਿਆਂ ਨੂੰ ਸਮਝ ਆਉਂਦੀ ਹੈ, ਸਾਜਾਂ ਦੀ ਤਾਂ ਗਵਈਆ ਦੀ ਇੱਕ ਤਾੜੀ ਮਾਰ ਕੇ ਦੱਸ ਦੋ ਮੈਨੂੰ, ਸਹੀ ਹੈ ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਉਹ ਕਰਮ ਵਾਲਿਆ ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਪੁੱਛੀ ਨਾ ਧਰਮਾਂ ਬਾਰੇ, ਪੁੱਛੀ ਨਾ ਧਰਮਾਂ ਬਾਰੇ, ਸਭ ਨਾਲ ਹੱਸਦਾ ਖਿਲਦਾ ਰਹਿ, ਇਹ ਆਓ ਪੰਜਾਬ ਕਿ ਸਭ ਧਰਮਾਂ ਦੀ ਇੱਕ ਜਿਹੜੀ ਉਹ ਕੋਲੈਬੋਰੇਸ਼ਨ ਆ ਨਾ, ਇਹੀ ਖੂਬਸੂਰਤੀ ਹੈ ਸਟੇਟ ਦੀ, ਇਸ ਸੂਬੇ ਦੀ। ਜਦੋਂ ਪਿੰਡ 'ਚ ਇੱਕ ਲਾਲਾ ਜੀ ਦੀ ਦੁਕਾਨ ਹੈ, ਹਿੰਦੂ ਭਰਾ ਸਾਡਾ, ਉਹ ਸਾਰੇ ਪਿੰਡ ਨੂੰ ਅੰਨ ਵੰਡਦਾ, ਕਈ ਕਈ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ। ਕੋਈ ਪਿੰਡ ਦੇ ਇੱਧਰਲੇ ਪਾਸੇ ਇੱਕ ਮਸੀਹ 'ਚ ਸਾਡਾ ਮੌਲ ਵੀ ਬੈਠਾ ਬਾਬਾ, ਹੈ ਜੱਟ ਜ਼ਿਮੀਂਦਾਰ ਭਰਾ ਸਾਰੇ ਖੇਤਾਂ 'ਚ ਕੰਮ ਕਰਨ ਚੱਲੇ ਆ, ਕੋਈ ਬੂਟ ਪਾਲਸ਼ਾਂ ਕਰੀ ਜਾਂਦਾ ਹੈ, ਕੋਈ ਡਰਾਈਵਰ ਹੈ, ਕੋਈ ਕੰਡਕਟਰ ਹੈ। ਇਹ ਹੈ ਪੰਜਾਬ, ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਪੁੱਛੀ ਨਾ ਧਰਮਾਂ ਬਾਰੇ, ਪੁੱਛੀ ਨਾ ਧਰਮਾਂ ਬਾਰੇ, ਸਭ ਨਾਲ ਹੱਸਦਾ ਖਿਲਦਾ ਰਹਿ, ਮੇਰੀ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ, ਮੈਂ
ਮੋਢੇ ਤੋਂ ਕੋਈ ਪੁੱਛਿਆ ਕਰੋ ਖੜਾ ਹੋ ਕੇ ਵੀ ਜਿਹੜਾ ਤੂੰ ਗਾ ਰਿਹਾ ਵੀ ਤੇਰਾ ਨਾਮ ਤਾਂ ਕਨਵਰ ਗਰੇਵਾਲ ਤੇ ਮੈਂ ਤੁਹਾਨੂੰ ਕਹਿੰਦਾ ਜੀ ਆਇਆਂ ਨੂੰ ਮੇਰੇ ਵਾਲਾ ਗਰੇਵਾਲ ਲਾ ਕੇ ਨਾਲ ਦੇ ਪਿੰਡ ਮਾਰੋ ਕਮਰ ਸਿੰਘ ਰੱਖ ਲਓ ਤੇ ਬੁਲਾ ਲਿਆ ਕਰੋ ਆ ਪਹਿਲਾਂ ਤਾਂ ਕੰਪਨੀਆਂ ਨੇ ਰੱਖ ਧਰਤੇ ਨਾਂ ਸਾਡੇ ਕਮਰ ਗਰੇਵਾਲ ਇੱਧਰਲੇ ਏਰੀਏ ਨੇ ਫਿਰ ਉਹ ਕਮਰ ਤੋਂ ਕਨਵਰ ਬਣਾਤਾ ਨੰਨਾ ਪੈ ਗਿਆ ਕਈਆਂ ਨੇ ਮੈਨੂੰ ਆਖਿਆ ਠੀਕ ਕਰ ਲਾ ਨੰਨਾ ਪੈ ਗਿਆ ਮੈਂ ਕਿਹਾ ਕਿਉਂ ਕਰਾਂ ਲੋਕਾਂ ਦਾ ਨੰਨਾ ਪੈਂਦਾ ਕੰਮ ਖੜਦਾ ਮੈਂ ਕਿਹਾ ਮੇਰਾ ਨੰਨਾ ਪਿਆ ਚੱਲ ਪਿਆ ਰਹਿਣ ਦੇ ਪਰ ਜਿਹੜੀ ਗੋਤ ਕੋਈ ਮਾੜੀ ਚੀਜ਼ ਨਹੀਂ ਹੈ ਹਜ਼ੂਰ ਗੋਤ ਕੋਈ ਮਾੜੀ ਚੀਜ਼ ਨਹੀਂ ਹੈ ਇਹ ਵੀ ਮੁੱਢ ਕਦੀਮੋ ਚੱਲਦੇ ਆਉਂਦੇ ਨਾਲ ਨਾਲ ਪਰ ਜਿਹੜਾ ਮੇਰਾ ਵਰਗਾ ਧੌਣ 'ਚ ਡੰਡਾ ਫਸਾ ਕੇ ਬਹਿ ਨਾ ਵਿਆਹ ਗਰੇਵਾਲ ਉਹ ਮਾੜਾ ਹੈ ਉਹ ਮਾੜਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਕਮਰ ਸਿੰਘ ਕਹਿ ਕੇ ਬੁਲਾ ਲਿਆ ਕਰੋ ਮੈਨੂੰ ਬੜੀ ਖੁਸ਼ੀ ਹੋਊਗੀ ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ ਪੁੱਛੀ ਨਾ ਧਰਮਾਂ ਬਾਰੇ ਪੁੱਛੀ ਨਾ ਧਰਮਾਂ ਬਾਰੇ ਸਭ ਨਾਲ ਹੱਸਦਾ ਖਿਲਦਾ ਵੇ ਮੇਰੀ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਵੇ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਪਿੰਡ ਵਾਲੇ ਉਹ ਜ਼ਿੰਦਗੀ ਮੌਤ ਨਾਲ ਪਈ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆਂ ਛੱਡਣੀ ਪੈਂਦੀ ਇਹ ਦੁਨੀਆਂ ਛੱਡਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣਗੀਆਂ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ ਹੋਣਗੀਆਂ ਆਪਣੇ ਵਾਲੀਆਂ ਬੀਬੀਆਂ ਦੇ ਨਾਂ ਦੇਖ ਲਾ ਪਹਿਲਾਂ ਵਾਲੀਆਂ ਦੇ ਉਹੀ ਪੰਜ ਸੱਤ ਨਾਂ ਹੀ ਹੁੰਦੇ ਸੀ ਸਾਰੇ ਪਿੰਡ 'ਚ ਮੁਖਤਿਆਰ ਕੁਰ ਕਰਤਾਰ ਕੁਰ ਤਕੜੋ ਮਾੜੋ ਛਿੰਦੀ ਪੂਤੀ ਤੇਜੋ ਗੇਜੋ ਪ੍ਰਸਿੰਨੀ ਹੈ ਕਿਉਂ ਭੈਣ ਵਰਗੀ ਆਹੀ ਪੰਜ ਸੱਤ ਨਾਂ ਅੱਜ ਕੱਲ੍ਹ ਪੁੱਛੋ ਬੇਟੀ ਦਾ ਨਾਮ ਕਿਆ ਜੀ ਐਂਜਲ ਵਾਹ ਅੰਗਰੇਜ਼ਾ ਅੱਜ ਕੱਲ੍ਹ ਅਸ਼ਨੇ ਪਛਨੇ ਤਾਂ ਵੀ ਜ਼ਿਆਦੇ ਆ ਵੀ ਇੱਕ ਇੱਕ ਹੀ ਆ ਦੋ ਦੋ ਹੀ ਆ ਹੁਣ ਪਹਿਲਾਂ ਦਰਜਨ ਦਰਜਨ ਸੀ ਚਾਰ ਚਾਰ ਪੰਜਾਂ ਬਾਅਦ ਫਿਰ ਇੰਟਰਸਟ ਹੀ ਨਹੀਂ ਰਹਿੰਦਾ ਸੀ ਕੋਈ ਹਾਂਜੀ ਹੋ ਗਿਆ ਕੀ ਹੋ ਗਿਆ ਮੁੰਡਾ ਹੋ ਗਿਆ ਕਿਹੋ ਜਿਹਾ ਭੂਸਲਾ ਜਿਹਾ ਕਾਲਾ ਰੱਖ ਦਿਓ ਕਾਲਾ ਸਿੰਘ ਹਾਂਜੀ ਕੀ ਹੋਇਆ ਮੁੰਡਾ ਹੋਇਆ ਜੀ ਕਿਹੋ ਜਿਹਾ ਗੋਰਾ ਜੈਸ ਰੱਖਿਆ ਜਾਏ ਗੋਰਾ ਰੱਖ ਦਿਓ ਪੰਮੇ ਵਰਗਾ ਤਾਂ ਪੰਜਾਬੀ ਨਹੀਂ ਬਣਿਆ ਸੀ ਇਹ ਹੁਣ ਗੱਲ ਕਿਉਂ ਕਰ ਰਹੇ ਹਾਂ ਆਪਾਂ ਮੈਨੂੰ ਤਾਂ ਪਤਾ ਨਹੀਂ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਅਫਸਰੋ ਗੱਲ ਜਦੋਂ ਵਹਿਮਾਂ ਭਰਮਾਂ ਦੀ ਆਉਂਦੀ ਬੀਬੀ ਸਾਡੀ ਪਹਿਲੇ ਨੰਬਰ ਤੇ ਆਉਂਦੀ ਕਿਉਂਕਿ ਇਹੀ ਪੁਆੜੇ ਪਾਉਂਦੀ ਥਾਂ ਥਾਂ ਤੇ ਬਾਬੇ ਬਣਾਉਂਦੀ ਸੱਥ ਧੱਕੇ ਨਾ ਮੱਥੇ ਟਕਵਾਉਂਦੀ ਡੇਰਿਆਂ 'ਚ ਹੁਣ ਆਏ ਨਾ ਕਿਉਂ ਵੀ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਨਹੀਂ ਇਹ ਤਾਂ ਇੱਕ ਆਲ ਓਵਰ ਰੇਸ਼ੋ 'ਚ ਨਿਕਲਦੀ ਹੈ ਵੀ ਡੇਰੇ ਚੱਲਦੇ ਬੀਬੀਆਂ ਕਰਕੇ ਹੀ ਹੈ ਘਰ
ਪਤੀ ਦੇਵ ਦਾ ਕੰਮ ਤਾਂ ਉਹੀ ਹੈ, ਫਿਰ ਵੀ ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ, ਹੁਣ ਤਾਂ ਛੱਡ ਕੇ ਵੀ ਆਉਣੀ ਪੈਣੀ ਹੈ, ਲੈ ਕੇ ਵੀ ਆਉਣੀ ਪੈਣੀ ਹੈ। ਕਿੰਨਿਆਂ ਨੇ ਰੋਗ ਲਵਾ ਲੇ ਮਹਿਮਾ ਭਰਮਾ ਲੋਕੀ ਖਾ ਲੇ, ਓਏ ਕਿੰਨਿਆਂ ਨੇ ਰੋਗ ਲਵਾ ਲੇ ਮਹਿਮਾ ਭਰਮਾ ਲੋਕੀ ਖਾ ਲੇ, ਤਰਦੇ ਨਾਲ ਲੀੜੀਆਂ ਮਾਰੇ ਨਾਲ ਲੀੜੀਆਂ ਮਾਰੇ, ਖੋਪੇ ਵੇਖੋ ਨਹਿਰਾ ਤੇ ਪਿੰਡ ਵਾਲਿਓ, ਤਰਦੇ ਲਾਲ ਲੀੜੀਆਂ ਵਾਲੇ ਖੋਪੇ ਵੇਖੋ ਨਹਿਰਾਂ। ਕਈ ਵਾਰੀ ਆਪਾਂ ਨਹਿਰਾਂ ਕੱਸੀਆਂ 'ਚ ਦੇਖਦੇ ਹੁੰਦੇ ਇੱਕ ਲਾਲ ਰੰਗ ਦਾ ਕੱਪੜਾ ਬੰਮੇ ਇੱਦਾਂ ਹੀ ਤੈਰਦਾ ਜਾਂਦਾ ਹੁੰਦਾ, ਅਤੇ ਪੰਜਾਬ ਦੀਆਂ 100 ਚੋਂ 35 ਬੀਬੀਆਂ ਉਹ ਕੱਪੜਾ ਵੇਖਣ ਸਾਰ। ਇਜ਼ ਇਟ ਟਰੂ? ਯੈਸ ਮੈਨ। ਕਿੰਨਿਆਂ ਨੇ ਰੋਗ ਲਵਾ ਲੇ ਮਹਿਮਾ ਭਰਮਾ ਲੋਕੀ ਖਾ ਲੇ, ਕਿੰਨਿਆਂ ਨੇ ਰੋਗ ਲਵਾ ਲੇ ਮਹਿਮਾ ਭਰਮਾ ਲੋਕੀ ਖਾ ਲੇ, ਤਰਦੇ ਲਾਲ ਲੀੜਿਆਂ ਵਾਲੇ ਓਏ ਲਾਲ ਲੀੜਿਆਂ ਵਾਲੇ, ਖੋਪੇ ਵੇਖੋ ਨਹਿਰਾਂ ਤੇ। ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟੈਰਾਂ ਤੇ, ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟੈਰਾਂ ਤੇ, ਵਿਆਹਣ ਵਾਲਾ ਹੋਇਆ ਪਿਆ ਮੈਥੋਂ ਸੰਗੀ ਜਾਂਦਾ। ਹੁਣ ਜੇ ਮੈਥੋਂ ਹੀ ਸੰਗੀ ਗਿਆ ਫਿਰ ਤੇਰੀ ਗੱਲ ਕੌਣ ਤੋਰੂ? ਓਏ ਉੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ, ਤਾੜੀ ਮਾਰ ਲਓ ਗੱਲ ਫਿਰ ਸੁਣਾਉਣਾ। ਪਹਿਲਾਂ ਸਾਡੇ ਖੇਤ ਖੋਣ ਸੀ ਆ ਗਏ, ਜ਼ੁਰਤਾਂ ਵਾਲੇ ਮੱਥਾ ਲਾ ਗਏ ਬਾਪੂ, ਪਹਿਲਾਂ ਖੇਤ ਖੋਣ ਸੀ ਆ ਗਏ ਜ਼ੁਰਤਾਂ ਵਾਲੇ ਮੱਥਾ ਲਾ ਗਏ, ਸਾਡੇ ਕਿੰਨੇ ਹੀ ਪੁੱਤ ਮਰਾ ਗਏ ਕਿੰਨੇ ਹੀ ਪੁੱਤ ਮਰਾ ਗਏ, ਤੇ ਹਾਕਮ ਲਾਸ਼ਾਂ ਸੇਕ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ, 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 ਦਿੱਲੀ ਵਾਲੇ ਚੰਡੀਗੜ੍ਹ ਨੂੰ ਵੇਖ ਰਹੇ, ਦਿੱਲੀ ਵਾਲੇ ਚੰਡੀਗੜ੍ਹ ਨੂੰ ਵੇਖ ਰਹੇ, ਦਿੱਲੀ ਵਾਲੇ ਚੰਡੀਗੜ੍ਹ ਨੂੰ ਵੇਖ ਰਹੇ। ਉਹ ਮੇਰਾ ਭਰਾ ਬੈਠਾ ਕਰਮ ਵਾਲਾ ਬੜਾ ਕਰੀ ਜਾਂਦਾ, ਇੱਕ ਦਿਨ ਕਈ ਦਿਨ ਪਹਿਲਾਂ ਪ੍ਰੋਗਰਾਮ 'ਚ ਆਈ ਬੈਠਾ, ਉਹ ਇੱਧਰਲੇ ਪਾਸੇ ਬੈਠਾ ਜੀ, ਰਾਤ ਦਾ ਪ੍ਰੋਗਰਾਮ ਵਾਹਵਾ ਕੱਚ ਤੇ ਮੇਰੀ ਉਹਦੇ ਨਹੀਂ ਨਿਗਾਹ ਗਈ ਕਰੀ ਜਾਵੇ, ਮੈਂ ਕੀ ਚੱਕਰ ਪੈ ਗਿਆ, ਮੈਂ ਗਾਉਂਦੇ ਗਾਉਂਦੇ ਨੇ 5-7 ਮਿੰਟਾਂ ਬਾਅਦ ਫਿਰ ਦੇਖਿਆ ਭਾਵੇਂ ਫਿਰ, ਹੁਣ ਮੈਂ ਕਿਹੜਾ ਕੋਈ ਸੰਤ ਹੈ, ਅੱਗ ਲੱਗ ਗਈ ਮੇਰੇ ਅੰਦਰ ਵੀ ਯਾਰ ਇਹਨੂੰ ਚੰਗਾ ਕਿਉਂ ਨਹੀਂ ਲੱਗ ਰਿਹਾ, 4-5 ਵਾਰੀ ਦੇਖਿਆ ਜਦੋਂ ਦੇਖਿਆ ਕਰ ਅਫਸਰੋ, ਮੈਂ ਸਾਜ਼ ਰੋਕ ਕੇ ਮੈਂ ਕੀ ਚੱਕਰ ਪੈ ਗਿਆ, ਕਹਿੰਦਾ ਹੈ ਨਹੀਂ ਤੇਰੇ ਵਰਗਾ ਕੋਈ,
ਐਂਡੀਆ ਕੰਮ ਕਹਿੰਦਾ ਹੁਣ ਤੇਰੀ ਕੀ ਪੁੱਛਾਂ ਮੈਂ ਚੰਗਾ ਤੂੰ ਜਿਵੇਂ ਦਾ ਵੀ ਆ ਮੈਨੂੰ ਮਨਜ਼ੂਰ ਹੈ ਦਿੱਲੀ ਵਾਲੇ ਅੱਜ ਕੱਲ੍ਹ ਚੰਡੀਗੜ੍ਹ ਨੂੰ ਵੇਖਦਾ ਤੁਹਾਡੀ ਪੰਮੇ ਤੂੰ ਜਾਣਾ ਨੀ ਜਾਵੜ ਘਰੇ ਹੁਣ ਬੀਬੀ ਡੀਕਦੇ ਹੋ ਬਸਾਂ ਤਾਂ ਘਰੇ ਵੜਦੇ ਹਾਂ ਅਸੀਂ ਅਗਲਾ ਕਿਹੜਾ ਗਾਣਾ ਗਾਈਏ ਦੱਸੋ ਮੈਨੂੰ ਛੜਿਓ ਬੋਲੋ ਕੁਛ ਹੋ ਛੜਿਓ ਹਾਂ ਬਾਬਾ ਕਿਹੜਾ ਕਿਹੜਾ ਮੈਨੂੰ ਸਮਝ ਨਹੀਂ ਆ ਰਹੀ ਬਾਈ ਤੂੰਬਾ ਫਿਰ ਤੂੰਬਾ ਜਾਂ ਤਾਂ ਇਸ਼ਕ ਬੁੱਲੇ ਨੂੰ ਚ ਵੱਜੂ ਜਾਂ ਮਸਤ ਬਣਾ ਦੇਣਗੇ ਬੀਬਾ ਚ ਵੱਜੂ ਉਹੀ ਲਾ ਲਈਏ ਬਿਨਾਂ ਪੈਸੇ ਤੋਂ ਕਿਉਂ ਗਾਵਾਂ ਬਿਨਾਂ ਪੈਸੇ ਤੋਂ ਟੇਕਾ ਲੱਗਦਾ ਮੈਨੂੰ ਨਾ ਇੱਕ ਗੱਲ ਦੀ ਬੜੀ ਖੁਸ਼ੀ ਹੈ ਪਹਿਲੇ ਦਿਨ ਤੋਂ ਇਹ ਗੱਲ ਹੱਸ ਕੇ ਹੁੰਦੀ ਰਹੀ ਆ ਸਟੇਜ ਤੋਂ ਉਹ ਕਹਿੰਦਾ ਯਾਰ ਤੂੰ ਕਰਦਾ ਤਾਂ ਰੱਬ ਹੁਣ ਕਈ ਪੁੱਛ ਲੈਂਦਾ ਇਸ ਭਰਾ ਵਾਂਗੂ ਵੀ ਪੈਸੇ ਤੂੰ ਇੰਨੇ ਲੈਣਾ ਕਰਦਾ ਰੱਬ ਮੈਂ ਕਿਹਾ ਮੈਂ ਕਿਹੜਾ ਤੈਨੂੰ ਘਰੇ ਕਹਿ ਕਹਿੰਦਾ ਵੀ ਮੈਨੂੰ ਬੁਲਾ ਲਾ ਜਾਂ ਮੈਂ ਕਿਹਾ ਮੈਂ ਢੂਈ 'ਤੇ ਲਿਖਾਇਆ ਵੀ ਮੈਂ ਸੰਤ ਹੈ ਗਵਈਆਂ ਯਾਰ ਆਹ ਵੀ ਗਵਈਆ ਬੈਠਾ ਪੰਮਾ ਮੈਂ ਵੀ ਗਵਈਆ ਸਾਡੇ ਇੱਕ ਭਾਅ ਰੱਖੇ ਵੀ ਇੰਨੇ ਪੈਸੇ ਲੈਂਦੇ ਹਾਂ ਗਾਉਣ ਆਵਾਂਗੇ ਪਰ ਉਹਦੇ ਪਿੱਛੇ ਇੱਕ ਸ਼ਰਤ ਹੈ ਸਾਡੀਆਂ ਮਾਵਾਂ ਦੀ ਕਿ ਉੱਥੇ ਤੇਰੀਆਂ ਮਾਵਾਂ ਭੈਣਾਂ ਨੌਜਵਾਨੀ ਬਜ਼ੁਰਗ ਬੈਠੇ ਹੋਣਗੇ ਸ਼ਰਮ ਹਜਾ ਨਾ ਗਾਈ ਕੋਈ ਐਸਾ ਬੋਲ ਨਾ ਗਾਈ ਜਿਹਦੇ ਕਰਕੇ ਇਹਨਾਂ ਨੂੰ ਉੱਠ ਕੇ ਜਾਣਾ ਪਵੇ ਉਸ ਗੱਲ ਲਈ ਅਸੀਂ ਵਚਨਬੱਧ ਹੈ ਉਸ ਗੱਲ ਲਈ ਅਸੀਂ ਤੁਹਾਡੇ ਨਾਲ ਜ਼ੁਬਾਨ ਕਰਦੇ ਹਾਂ ਕਿ ਜਦੋਂ ਤੱਕ ਇਹ ਸਾਹ ਹੈ ਜਦੋਂ ਤੱਕ ਤੁਸੀਂ ਬੁਲਾਉਂਦੇ ਰਹੋਗੇ ਜਦੋਂ ਤੱਕ ਉਹ ਗਵਾਉਂਦਾ ਰਹੂਗਾ ਤਾਂ ਲਫ਼ਜ਼ ਨਹੀਂ ਮਾੜਾ ਗਾਵਾਂਗੇ ਹੈਗੇ ਤਾਂ ਬਿਜ਼ਨਸਮੈਨ ਹੀ ਆ ਬਾਬਾ ਵਪਾਰੀਓ ਹੀ ਹੈ ਹੋਰ ਕੀ ਹੈ ਪਰ ਰੌਲਾ ਇਹ ਆ ਵੀ ਦੇਸੀ ਘਿਓ ਦਾ ਵਪਾਰ ਕਰਦੇ ਹਾਂ ਨਾ ਤੁਹਾਡੇ ਫੇਫੜੇ ਖਰਾਬ ਹੋਣ ਨਾ ਹੀ ਸੁਰਤ ਕਿਤੇ ਹੋਰ ਪਾਸੇ ਜਾਵੇ ਇੱਥੇ ਹੀ ਬੱਜ ਕੇ ਰਹੂਗੀ ਜਮਾਂ ਨੰਗੇ ਚਿੱਟੇ ਸਟੇਟਮੈਂਟ ਆ ਬਾਈ ਇਹ ਕੋਈ ਅੱਜ ਦੀ ਨਹੀਂ 2013 ਦੀ ਹੋਈ ਹੈ ਆ ਜਾਓ ਲੈ ਤੇਰੀ ਹੀ ਗੱਲ ਕਰਦਾ ਆ ਬਾਅਦ 'ਚ ਗਾਵਾਂਗੇ ਆਪਾਂ ਦੂਜਾ ਰੱਖ ਲਾ ਦੂਜਾ ਭਰਵੀ ਵੇ ਤੁਸੀਂ ਬਾਹਰ ਕਿਉਂ ਖੜੇ ਹੋ ਅੰਦਰ ਬਹਿ ਜਾਓ ਕਿ ਇੱਥੇ ਹੀ ਠੀਕ ਹੈ ਚੱਕੋ ਉਸ ਮੇਰੇ ਭਰਾ ਦੀ ਗੱਲ ਚੋਂ ਹੀ ਯਾਤਰਾ ਹੈ ਮੇਰੀ ਪਿਛਲੀ 9 ਸਾਲ ਦੀ ਕਮਾਈ ਜਿਹਦਾ ਲਾਂਭਾ ਮੇਰਾ ਵੀਰ ਮੈਨੂੰ ਦੇਣ ਡਿਆ ਨਾ ਉਸੇ ਕਮਾਈ ਦੀ ਗੱਲ ਹੈ ਭਰੀ ਸਭਾ 'ਚ ਕਬੂਲ ਕਰਦੇ ਹਾਂ ਇੱਕ ਗੀਤ ਗਾ ਕੇ ਪਤਾ ਕੀ ਪਤਾ ਮੈਥੋਂ ਕੀ ਗਲਤੀ ਹੋ ਗਈ
पता है मैथों की गलती होगी ओले भाई तू भी सुन अनजाना मैं ओदियां ओ गठड़ियां बन बैठा ओ भाई जड़ा नाल नहीं जाना ओ मैं ओदियां ओ गठड़ियां बन बैठा ओ भाई जड़ा नाल नहीं जाना मैं सौ भी जोड़िया मैं सौ भी जोड़िया लख भी जोड़िया जोड़ते कई करोड़ ले मैं सौ भी जोड़िया लख भी जोड़िया जोड़ते कई करोड़ ले दुनिया विच ते मैं कई थां जुड़ गया पर मैं अंदरों नाते वो तोड़ ले ये खटकड़ कलांच दा मैं कई थां जुड़ गया पर मैं अंदरों नाते तोड़ ले ते भजदा भजदा भुल मैं बैठा भजदा भजदा भुल मैं बैठा ओए उन्हें जो देना ओ खाना गल्ला इन्हां भरावां दियां जमा जाए जाए ये झूठ नहीं बोलते पर रौला हुण की करिए इत्थे महाराज गवार है भी भजदा भजदा भुल मैं बैठा उन्हें जो देना उही खाना सच है रोटी मैं भी तड़के दी खाधी भी है हुण दो तीन चेले केले चप के आए ते वो ढेडो दे आखण को ढूई नहीं लग्या पिया पर हुण रौला है भी उन्हें जदों मूँह च बुरकी पावे तो पवे ना इस करके यू आर एब्सोल्यूटली राइट ब्रदर मैं सौ भी जोड़िया लख भी जोड़िया जोड़ते कई करोड़ ले दुनिया विच ते मैं कई थां जुड़ गया पर मैं अंदरों नाते तोड़ ले भजदा भजदा भुल मैं बैठा भजदा भजदा भुल मैं बैठा ओए उन्हें जो देना ओही खाना मैं ओदियां ओए गठड़ियां बन बैठा ओ पिंड वाले जिने नाल नहीं जाना आ गई चिट्ठी आखरी फिक्र है भाई आ गई चिट्ठी ते वाज पै गई आ गई चिट्ठी ते वाज पै गई मैं रो रो करी तैयारी बन्नी गठड़ी मैं चुकन लगा उन्हें परे वगा के मारी पता किनू नहीं अभी नाल नहीं जाना पर फिर भी कुत्ते दी तरह रोज बोटियां खांदा फिरदा है ना तुसी आप दियां आप जानो मैं आप दी बोल दिना के फिरदे हैं फिर भी हुण पता नहीं ये केड़ी खेड आ उस डाढ़े दी जा तां तरस नहीं करदा जा माइन लकियां ते लक बजे आ गई चिट्ठी आवाज पै गई मैं रो रो करी तैयारी बन्नी गठड़ी मैं चुकन लगा उन्हें परे वगा के मारी हुण जड़ी गठड़ी उन्हें वगा के मारी उस गठड़ी च मां मेरी ओ समान चेक करे ओ जड़ा इत्थे ही रहना उस गठड़ी विच परिवार सी मेरा रह गया बहुत वड्डा घर बार सी मेरा अफसरों रह गया उस गठड़ी विच परिवार सी मेरा थोड़ा फोन कटिया गया दुबारे ला लो वो वीडियो कॉल ते दिखा रहे सी किसे नूं वो नंबर जे आ गए सारे मैनू तां दिंदा है गाले नूं किते आए भले खरना पै जाए अफसरों भी नाल जाना सारा कुछ आ चीजा जी गणा दी ला लो उस गठड़ी विच परिवार सी मेरा बहुत वड्डा घर बार सी मेरा ओए कल्ला कल्ला यार सी मेरा सच जानियो भाई संसार सी मेरा ते भुल बैठा सी मैं मौत दे वेले भुल बैठा सी मैं मौत दे वेले मैनू इन्ना ही लांबू लाना
ਦੀਆਂ ਕਿਉਂ ਮਾਂ ਮਰੀ ਹੈ? ਉਦੋਂ ਕਹਿੰਦੇ ਹੁੰਦੇ ਆ ਸਮੈਲ ਆਉਣ ਲੱਗ ਗਈ, ਛੇਤੀ ਕਰੋ। ਤੇ ਜਿਹਦੀ ਮੌਤ ਹੋਈ ਆ ਮਰਦੇ ਦਮ ਤੱਕ ਇਹੀ ਭੁਲੇਖਾ ਵੀ ਮੇਰੇ ਨਾਲ ਹੀ ਆ ਸਾਰਾ ਕੁਛ। ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਜਿਹੜਾ ਤੇਰੇ ਨਾਲ ਨਹੀਂ, ਜਿਹੜਾ ਮੇਰੇ ਨਾਲ ਨਹੀਂ, ਜਿਹੜਾ ਕਿਸੇ ਦੇ ਵੀ ਨਾਲ ਨਹੀਂ, ਆ ਮੂਵੀ ਵਾਲੇ ਦੇ ਵੀ ਨਾਲ ਨਹੀਂ, ਆ ਲਾਈਟਾਂ ਵਾਲੇ ਦੇ ਵੀ ਨਾਲ ਨਹੀਂ, ਨਾਲ ਜਾਊਗੀ ਮੇਕਅਪ ਵੀ ਨਾਲ ਨਹੀਂ, ਸੂਟ ਵੀ ਨਾਲ ਨਹੀਂ, ਜੁੱਤੀਆਂ ਵੀ ਨਾਲ ਨਹੀਂ, ਆ ਕਾਂਟੇ ਝੁਮਕੇ ਟਿੱਕੇ ਹਾਰ ਰਾਣੀ ਹਾਰ ਫਲਾਨਾ ਹਾਰ ਨਾਲ ਨਹੀਂ। ਬਹੁਤ ਖਰਚਾ ਕਰਾਉਣੀ ਹੋ ਤੁਸੀਂ ਮਰਨੀ ਹੋ, ਆ ਹੁਣ ਵਿਆਹ ਜੇ ਸ਼ੁਰੂ ਹੋਣ ਵਾਲੇ ਆ ਤੇ ਸਾਡੀਆਂ ਕੁੜੀਆਂ ਤੇ ਨਾਲ ਸਾਰਾ ਟੱਬਰ ਮਗਰ ਮਗਰ ਐਨ ਵਿਚਾਲੇ ਕੈਪਟਨ ਬਣ ਕੇ ਤੁਰਦੀਆਂ ਵੀ ਮੇਰੀ ਸ਼ਾਪਿੰਗ ਆ, ਕੋਈ ਖੰਘਣਾ ਨਹੀਂ ਤੇ ਕੋਈ ਖੰਘਦਾ ਵੀ ਨਹੀਂ, ਕਿਉਂਕਿ ਤੁਸੀਂ ਮਾਣ ਹੋ ਸਾਡੇ ਘਰਾਂ ਦਾ, ਤੁਸੀਂ ਇੱਜ਼ਤਾਂ ਹੋ ਇਸ ਪੰਜਾਬ ਦੀਆਂ ਤੇ ਤੁਹਾਨੂੰ ਸਾਰੇ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਆ, ਪਰ ਰੌਲਾ ਇਹ ਆ ਖਰਚਾ ਘੱਟ ਕਰਾਇਆ ਕਰੋ। ਨਾਲ ਜਾ ਆ ਕੌਣ ਪੀਪਣੀਆਂ ਵਜਾਈ ਜਾਂਦਾ, ਨਾਲ ਜਾਊਗੀ ਪਿੰਡ ਵਾਲਿਓ ਨਾਲ ਜਾਊਗੀ, ਨਾਮ ਦੀ ਕਮਾਈ ਜੱਸਿਆ, ਸਤਿਗੁਰ ਦੇ ਨਾਮ ਦੀ ਕਮਾਈ ਬੇਲੀਆ, ਵਾਹਿਗੁਰੂ ਦੇ ਨਾਮ ਦੀ ਕਮਾਈ ਹੋ। ਆ ਜਾਓ ਛੱਲਾ ਗਾਉਣੇ ਆ ਪਹਿਲਾਂ, ਆਹ
ਕਹਿੰਦੇ ਸੀ ਲੋਕ ਪੈਰਾਂ ਭਾਰ ਐਦਾਂ ਪੈਂਦੇ ਸੀ ਰੋਗ ਘੱਟ ਲੱਗਦੇ ਸੀ ਛੜਿਓ ਆਹ ਬੀਬੀਆਂ ਬੈਠੀਆਂ ਗਵਾਹ ਇਸ ਗੱਲ ਦੀਆਂ ਪਿੰਡ ਲਿਓ ਇਹਨਾਂ ਨੇ ਧਾਰਾਂ ਚੋਣੀਆਂ ਪੈਰਾਂ ਭਾਰ ਦੁੱਧ ਲੜਕਣਾ ਪੈਰਾਂ ਭਾਰ ਜਿਹੜੇ ਲਿਪਣੇ ਪੈਰਾਂ ਭਾਰ ਤੜਕੇ ਸਾਰਾ ਟੱਬਰ ਜੰਗਲ ਪਾਣੀ ਜਾਂਦਾ ਬਾਹਰ ਉੱਥੇ ਦਸ ਦਸ ਪੰਦਰਾਂ ਪੰਦਰਾਂ ਮਿੰਟ ਪੈਰਾਂ ਭਾਰ ਟੱਟੀ ਜਾਂਦੇ ਅੱਜ ਕੱਲ੍ਹ ਦੇਖ ਲਓ ਹੁਣ ਤੁਸੀਂ ਆਪਦੇ ਆਪਦੇ ਘਰੇ ਚੈੱਕ ਕਰ ਲਓ ਆਏ ਵਾਲੀ ਹੈਗੀ ਹੈ ਆਏ ਹੈ ਅੰਗਰੇਜ਼ੀ ਟੱਟੀ ਲੱਗੀ ਆ ਇੱਥੇ ਬੈਠੇ ਹਾਂ ਥੱਲਿਓ ਸੀਟ ਕਰ ਦਿਓ ਆਏ ਮੈਨੂੰ ਦੇਖੋ ਕਿਵੇਂ ਲੱਗ ਰਿਹਾ ਮੈਂ ਵੀ ਜਾਂ ਤਾਂ ਆਏ ਹੋ ਜਾਂ ਆਏ ਹੋ ਜਾ ਇਹ ਗੱਲਾਂ ਸੁਣ ਕੇ ਮਾਂ ਦਿਆ ਮੱਖਣਾ ਆਉਂਦਾ ਤਾਂ ਹਾਸਾ ਹੈ ਪਰ ਇਹ ਹਾਦਸੇ ਹੈ ਇਹ ਬੜੇ ਵੱਡੇ ਹਾਦਸੇ ਹੈ ਇਹ ਕਿਤੇ ਨਾ ਕਿਤੇ ਜਿਹੜਾ ਸਾਰਾ ਪੰਜਾਬ ਰੋਗੀ ਹੋਇਆ ਪਿਆ ਨਾ ਰੋਗੀ ਆਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਹੜੀਆਂ ਕਰਕੇ ਅਸੀਂ ਆਪਦੇ ਬੇਸਿਕਸ ਤੋਂ ਪਾਸੇ ਹਟਦੇ ਗਏ ਅਸੀਂ ਆਪਦਾ ਮੂਲ ਛੱਡ ਗਏ ਜਿੱਦਾਂ ਦੀ ਇੱਕ ਫਿਜ਼ੀਕਲੀ ਲੈਂਗੁਏਜ ਸਾਡੀ ਹੈਗੀ ਹੈ ਪੰਜਾਬੀਆਂ ਦੀ ਅਸੀਂ ਉਹਦੇ ਨਾਲ ਛੇੜਛਾੜ ਕੀਤੀ ਹੈ ਅਸੀਂ ਪੰਜਾਬੀ ਜਿਹੋ ਜਿਹੇ ਹੈਗੇ ਹਾਂ ਉਹੋ ਜਿਹੇ ਰਹੀਏ ਛੇੜਛਾੜ ਕਰਾਂਗੇ ਵਿਗਾੜ ਲਾਂਗੇ ਪੰਜ ਕੀ ਕਹਿੰਦਾ ਜੀ ਮੈਨੂੰ ਸਮਝ ਜੇ ਪੰਜ ਪੰਜ ਰੰਗੇ ਪੰਜਾਬੀ ਹਰੇਕ ਵਿਆਹ 'ਚ ਇੱਕ ਫੁੱਫੜ ਹੁੰਦਾ ਨਾ ਤੂੰ ਮੈਨੂੰ ਬਾਅਦ 'ਚ ਮਿਲੀ ਬਾਬਾ ਆ ਕੇ ਚੰਗਾ ਲਾਸਟ ਵੀ ਮਿਲੀ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨੀ ਪਈ ਮੈਦਾਨ ਭਾਜੂਗਾ ਮੈਨੂੰ ਪਤਾ ਹੈ ਪੰਜਾਬ ਹੈ ਅਤੇ ਪੰਜਾਬ 'ਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਹੈ ਇਹਦੀ ਸੋਚ ਉੱਚੀ ਹੈ
ਅਸੀਂ ਪਿੱਛੇ ਪਤਾ ਕਾਹਤੋਂ ਪਏ ਹਾਂ, ਮੈਨੂੰ ਗੱਲ ਕਰ ਲੈਣ ਦਿਓ। ਅਸੀਂ ਕਿਉਂ ਨੀਵੇਂ ਪਾਸੇ ਨੂੰ ਗਏ ਹਾਂ? ਸਾਨੂੰ ਵਿਰੋਧ ਹੀ ਨਹੀਂ ਕਰਨ ਆਇਆ, ਨਾ ਵਿਰੋਧ ਸਹਿਣਾ ਆਇਆ। ਆਹ ਸਭਾ ਲੱਗੀ ਹੈ, ਗੁਰੂ ਦੀ ਗੱਲ ਹੋ ਰਹੀ ਹੈ, ਪੰਜਾਬ ਦੀ ਗੱਲ ਹੋ ਰਹੀ ਹੈ। ਮੈਂ ਕਹਿੰਦਾ ਤੁਹਾਨੂੰ ਸਭ ਨੂੰ ਹੱਕ ਹੈ ਬੋਲਣ ਦਾ, ਤੁਹਾਨੂੰ ਸਭ। ਆਪਾਂ ਦਿੱਲੀ ਮੋਰਚਾ ਕਿਉਂ ਜਿੱਤ ਕੇ ਆਏ ਹਾਂ? ਸਾਨੂੰ ਵਿਰੋਧ ਕਰਨ ਆਇਆ ਉੱਥੇ। ਜਦੋਂ ਕਹਿੰਦੇ ਸੀ ਨਾ ਵੀ ਪੀਸਫੁੱਲ ਪ੍ਰੋਟੈਸਟ ਹੈ, ਅਸੀਂ ਸ਼ਾਂਤੀ ਨਾਲ ਲੜੇ, ਅਸੀਂ ਸਭ ਧਰਮਾਂ ਦੇ ਲੋਕ ਇਕੱਠੇ ਰਲ ਕੇ ਲੜੇ, ਅਸੀਂ ਉਹ ਜੱਟ ਸਿੱਖ ਮਜ਼੍ਹਬੀ ਸਿੱਖ ਚਮਿਆਰ ਭਾਈਚਾਰੇ ਵਾਲਾ ਡੰਡਾ ਕੱਢ ਕੇ ਲੜੇ, ਇਕੱਠੇ ਲੜੇ, ਇਕੱਠੇ ਲੜੇ ਅਸੀਂ। ਜਿਹੜੀਆਂ ਗੱਲਾਂ ਕਿਸੇ ਦੀਆਂ ਗਲਤ ਹੁੰਦੀਆਂ ਸੀ, ਜੋ ਮੇਰੇ 'ਚ ਗਲਤੀਆਂ ਹੁੰਦੀਆਂ ਸੀ, ਆ ਕੇ ਸਿਆਣੇ ਲੋਕ ਕਹਿੰਦੇ ਸੀ ਕਮਰ ਪੁੱਤ ਬਹੁਤ ਵਧੀਆ ਕਰ ਰਹੇ ਹੋ, ਪਰ ਆਹ ਚੀਜ਼ਾਂ ਦਾ ਖਿਆਲ ਰੱਖੋ। ਕੀ ਗੱਲ, ਮੈਂ ਉੱਥੇ ਕਹਿ ਦਿੰਦਾ ਵੀ ਇਹਨਾਂ ਨੂੰ ਕੀ ਪਤਾ ਮੈਂ ਲੜਦਾ ਰਿਹਾ? ਨਹੀਂ, ਉਹ ਗੱਲਾਂ ਸੁਣੀਆਂ, ਮਹਾਰਾਜ ਦੇ ਆਸਰੇ ਨਾਲ ਸੁਣੀਆਂ, ਉਹਦੇ ਭਾਣੇ 'ਚ ਰਹਿ ਕੇ ਸੁਣੀਆਂ। ਜਿਹੜੀਆਂ ਚੰਗੀਆਂ ਸੀ ਮੈਂ ਰੱਖ ਲਈਆਂ ਬਾਈ, ਉਹ ਅਤੇ ਜਿਹੜੀਆਂ ਤੇਰੀਆਂ ਵੀ ਚੰਗੀਆਂ ਹੋਣਗੀਆਂ ਨਾ ਵੱਡੇ ਬਾਈ, ਉਹ ਮੈਂ ਨਾਲ ਲੈ ਕੇ ਜਾਊਂਗਾ। ਯਾਰ, ਮੈਂ ਕੋਈ ਸਟਾਰ ਜਾਂ ਕੋਈ ਸੈਲੀਬ੍ਰਿਟੀ ਨਹੀਂ, ਮੈਂ ਮਜ਼ਦੂਰੀ ਕਰਨ ਆਇਆ ਇੱਥੇ, ਇੱਥੇ ਮੈਂ ਆਪਣੀ ਦਿਹਾੜੀ ਕਰਨ ਆਇਆ। ਨੌਕਰੀ ਕੀ ਅਤੇ ਨਖਰਾ ਕੀ? ਇਹ ਹੁਣ ਮਹਾਰਾਜ ਦੇ ਇਮਤਿਹਾਨ ਹੈ, ਕਿਸੇ ਨੂੰ 8 ਘੰਟੇ ਕਰਕੇ 400 ਮਿਲਦਾ, ਕਿਸੇ ਨੂੰ ਇੱਥੇ 2 ਘੰਟੇ ਲੱਤਾਂ ਬਾਹਾਂ ਮਾਰ ਕੇ 3-4 ਲੱਖ ਮਿਲਦਾ। ਇਹ ਉਹਦੀ ਖੇਡ ਹੈ, ਇਹ ਉਹਦੀ ਖੇਡ ਹੈ। ਪਰ ਭਗਤ ਸਿੰਘ ਦੇ ਵਾਰਸੋ ਚੇਤੇ ਰੱਖਿਓ ਗੱਲ ਇੱਕ, ਇੱਥੇ ਜਿਹੜੀ ਪੰਜਾਬ 'ਚ ਇੱਕ ਲਾਈਨ ਚੱਲਦੀ ਆ ਨਾ, 400 ਦਿਹਾੜੀ ਵਾਲਾ ਗਰੀਬ ਅਤੇ 3 ਲੱਖ ਲੈਣ ਵਾਲੇ 'ਤੇ ਮਹਾਰਾਜ ਦੀ ਕਿਰਪਾ, ਝੂਠ ਬੋਲਦੀ ਆ ਦੁਨੀਆ, ਝੂਠ ਬੋਲਦੀ ਆ ਦੁਨੀਆ, ਕਿਹੜੀ ਕਿਰਪਾ? ਹੋ ਸਕਦਾ ਇੱਕ ਰਿਕਸ਼ਾ ਚਲਾਉਣ ਵਾਲਾ ਅਤੇ ਮੈਂ, ਅਸੀਂ ਇਕੱਠੇ ਮਰੀਏ ਇੱਕੇ ਦਿਨ, ਜਦੋਂ ਮਹਾਰਾਜ ਦੀ ਦਰਗਾਹ 'ਚ ਜਾਈਏ, ਉੱਥੇ ਰਿਕਸ਼ਾ ਚਲਾਉਣ ਵਾਲਾ ਮਹਾਰਾਜ ਨੇ ਤਖ਼ਤ 'ਤੇ ਭਾਰ ਰੱਖਿਆ ਹੋਵੇ ਅਤੇ ਮੈਨੂੰ ਪੁੱਠਾ ਟੰਗਿਆ ਹੋਵੇ, ਇੱਥੇ ਕਿਰਪਾ ਕੰਵਰ ਸਿੰਘ ਤੇਰੇ 'ਤੇ ਬੜੀ? ਨਹੀਂ ਬਾਈ, ਨਹੀਂ। ਜਿਹਨੇ ਕੱਤਣਾ ਨਾ, ਉਹ ਤਾਂ ਜੁੱਤੀਆਂ ਗੰਢਦੇ ਗੰਢਦੇ ਬਾਬੇ ਆਹ ਗੰਢ ਕੇ ਤੁਰ ਗਏ। ਜਿਹਨੇ ਬੁਣਨਾ, ਉਹ ਤਾਂ ਖੱਡੀਆਂ ਬੁਣਦੇ ਬੁਣਦੇ ਬੁਣ ਕੇ ਤੁਰ ਗਏ। ਜਿਹਨੇ ਵਾਹੁਣਾ, ਉਹ ਤਾਂ ਹਲ ਵਾਹੁੰਦੇ ਵਾਹੁੰਦੇ ਵਾਹ ਕੇ ਤੁਰ ਗਏ। ਉਹਨਾਂ ਦੇ ਕਿਹੜੇ ਟਰਾਲੇ ਚੱਲਦੇ ਸੀ? ਬਾਬੇ ਕਬੀਰ ਹੋਰਾਂ ਦੇ, ਬਾਬੇ ਰਵਿਦਾਸ ਹੋਰਾਂ ਦੇ, ਕਿਹੜੇ ਬਿਜ਼ਨਸ ਸੀ ਉਹਨਾਂ ਦੇ? ਸੋ ਇਸ ਕਰਕੇ ਇਹ ਬੜੀਆਂ ਖੂਬਸੂਰਤ ਚੀਜ਼ਾਂ ਹੈ। ਬਸ ਅਰਦਾਸ ਕਰੀ ਵੀ ਮਹਾਰਾਜ ਮੈਨੂੰ ਉਹ ਦਿਲ ਦੇਵੇ, ਕੱਜੀ ਦੇ ਨਾਲ ਮੈਂ ਇਹਨਾਂ ਭਰਾਵਾਂ ਦੀਆਂ ਗੱਲਾਂ ਸੁਣ ਕੇ ਅਸਰ ਕਰਦਾ ਰਹਾਂ। ਜਿਹੜੀਆਂ ਚੰਗੀਆਂ ਨਹੀਂ ਲੱਗਣਗੀਆਂ ਇੱਥੇ ਹੀ ਬਿਨ ਕਰ ਜੂੰਗਾ, ਮੇਰੇ ਵਾਲੀਆਂ ਵੀ ਕਰ ਲਈ, ਘਰੇ ਨਹੀਂ ਲੈ ਕੇ ਜਾਣੀਆਂ। ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇਲੇ
ਸਾਨੂੰ ਪੁੱਛਦਾ ਪਾਣੀ ਚੱਕ ਲਓ ਜੀ ਸਾਨੂੰ ਪੁੱਛਦਾ ਸਵਾਲ ਕਿਹੜੇ ਕਿਹੜੇ ਸਾਨੂੰ ਪੁੱਛਦਾ ਸਵਾਲ ਕਿਹੜੇ ਕਿਹੜੇ ਨਿਕਲਦਾ ਤੇਰੇ ਇਸ਼ਕ ਵਿੱਚ ਠੇਕੇ ਤੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੀ ਫਰੂਟ ਵਿਕਦਾ ਵਿੱਚ ਠੇ
शराब जिनी बिकदी ओ नानी फरूट बिकदा गाक बिरला ही लब्बे कोई सचदा हथो हथी झूठ बिकदा गाक बिरला ही लब्बे कोई सचदा हथो हथी झूठ बिकदा जदों फड़िया मेरा हाथ तू तू मैं ते होगी मैं तू जदों फड़िया मेरा हाथ तू तू मैं ते होगी मैं तू यह कलमा पढ़ाया मैनू तू कलमा पढ़ाया मैनू तू मैं सारी रात कत्या करूं कत्या करूं मैं तेरे सारी रात कत्या करूं छल्ला दरबार वे सजदा वे तूबा मीरा नवजदा वे तूबा बेबे नवजदा वे तुर दरगाई गजदा वे तुर दरगाई गजदा वे तेरे परदे गजदा वे तेरे परदे गजदा ते गल सुन छल्लिया वो खर के वे ले जो चोरियां भर के पंजाब दी और हक दी मांग है आवाज उठी है होर जोर ना उठनी चाहिए है मैं लफज तुहाडे सांझे कर लेना ते इस भावना नू उस ख्याल नू इत्थे रखियो कि तुसी साडी कौम दे खिलाफ चल रहे हो जी पैरां हेठां लैके इंसाफ चल रहे हो हाथ का तो कुट दे डर केड़ी गल दा हाथ का तो कुट दे डर केड़ी गल दा असी केड़ा थोथों बादशाही मंग रहे हां असी बंदी सिंगा दी रिहाई मंग रहे हां भाई असी बंदी सिंगा दोबारे पढ़ते हैं कि तुसी साडी कौम दे खिलाफ चल रहे हो पैरां हेठां लैके इस मंच तो वड्डा होर कोई मंच नहीं हो सकता आ गल्लां करन लई और एक चीज़ का खास ख्याल रखियो नौजवानों जरा सहज पाठ है ना सहज पाठ कहते हैं पढ़द इस पाठ नू करद्या बंदा सहज हो जाता है
ਔਰ ਬਾਬੇ ਨਾਨਕ ਵਰਗੀਆਂ ਗੋਸ਼ਟੀਆਂ ਕਰਦਾ ਹੈ, ਵਿਰੋਧ ਬੜਾ ਹੁੰਦਾ ਗੱਲ 'ਚ, ਨਿਕਲਦੀ ਵੀ ਠਾ ਕਰਕੇ ਆ ਵਿੱਚੋਂ, ਪਰ ਉਹਦੇ 'ਚ ਆਪਣੇ ਮੈਨਰਸ, ਆਪਣਾ ਕਿਰਦਾਰ ਨਹੀਂ ਛੱਡਦਾ ਪੰਜਾਬੀ। ਅਸੀਂ ਗੁਰੂ ਨਾਨਕ ਦੇ ਪੁੱਤ ਹੈ, ਅਸੀਂ ਕਣਕੀ ਵਾਲੇ ਦੇ ਪੁੱਤ ਹੈ, ਬਾਬੇ ਕਾ ਲਾਣਾ ਹੈ। ਇੱਧਰਲੇ ਪਾਸੇ ਇਹ ਖਾਲਸਾ ਜੀ ਖੜ੍ਹੇ ਸੀ, ਉਹ ਸਾਹਮਣੇ ਖੜ੍ਹੇ ਆ, ਉਹਨਾਂ ਨੂੰ ਵੇਖ ਵੇਖ ਕੇ ਬਹੁਤ ਚੰਗਾ ਲੱਗ ਰਿਹਾ ਕਿ ਬਾਬੇ ਕਾ ਲਾਣਾ ਹੈ ਆਪਾਂ। ਜਿੱਥੋਂ ਵੀ ਕੋਈ ਇਹਨਾਂ ਦਿਨਾਂ 'ਚ, ਪਿਛਲੇ ਦਿਨਾਂ 'ਚ ਜਾਂ ਆਉਣ ਵਾਲੇ ਸਮੇਂ 'ਚ ਕੋਈ ਅਨਾਊਂਸਮੈਂਟ ਆਉਣੀ ਹੈ, ਸਹਿਜੇ ਵਿਚਾਰ ਕੇ, ਤੋਲ ਕੇ, ਸਮਝ ਕੇ, ਇਹ ਕੋਈ ਆਪਾਂ ਇਕੱਲੇ ਨਹੀਂ ਲੜ ਰਹੇ। ਦੁਨੀਆ ਜਹਾਨ 'ਚ ਜਿੱਥੇ ਵੀ ਇਨਸਾਨ ਵੱਸਦਾ ਨਾ, ਸਿਸਟਮ ਨੂੰ ਲੈ ਕੇ ਪ੍ਰੋਬਲਮਾਂ ਹੈਗੀਆਂ, ਬੇਸ਼ੱਕ ਹੈਗੀਆਂ। ਉਹ ਭਾਵੇਂ ਤੁਸੀਂ ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਹਰ ਥਾਂ 'ਤੇ ਹੈਗੀਆਂ, ਅਤੇ ਕਈ ਥਾਵਾਂ 'ਤੇ ਤਾਂ ਸੱਥ ਹੋ, ਇੱਕ ਨੈਕਸਟ ਲੈਵਲ 'ਤੇ ਨੇ ਉਹ ਗੇਮਾਂ, ਵੱਡੀਆਂ ਗੇਮਾਂ। ਪਰ ਨੌਜਵਾਨ, ਉਹ ਤੁਹਾਡੀ ਲੋੜ ਹੈ, ਘਰਾਂ 'ਚ ਮਾਵਾਂ ਉਡੀਕਦੀਆਂ, ਇਸ ਕਰਕੇ ਪੰਜਾਬ ਲਈ ਬੇਸ਼ੱਕ ਕੰਮ ਕਰਨਾ ਆਪਾਂ, ਬਿਨਾਂ ਕਿਸੇ ਸ਼ੱਕ ਦੇ। ਅਸੀਂ ਵੀ ਠੀਕ ਹੈ, ਉਹ ਵੀਰ ਦੇ ਅੱਖ ਨੂੰ ਹੈਗਾ ਵਪਾਰੀ ਹੈ, ਅਤੇ ਇਕੱਲਾ ਨਾ ਜਾਈ ਮਸਤਾਂ ਦੇ ਵਿਹੜੇ ਗਾ ਕੇ ਸਰਦਾ ਹੈ, ਤੁਸੀਂ ਕੁਛ ਨਹੀਂ ਕਹੋਗੇ, ਤੁਰ ਜਾਓਗੇ ਸੁਣ ਕੇ। ਪਰ ਲੱਗਦਾ ਵੀ ਗੀਤਾਂ 'ਚ ਆਵਾਜ਼ਾਂ ਹੋਣੀਆਂ ਚਾਹੀਦੀਆਂ, ਗੀਤਾਂ 'ਚ ਰੱਬ ਅਤੇ ਜੱਗ ਦੋਵੇਂ ਡਿਸਕਸ ਹੋਣ ਯਾਰ। ਸੋ ਤੁਹਾਡੀਆਂ ਲੰਬੀਆਂ ਉਮਰਾਂ, ਚੰਗੀ ਸਿਹਤ, ਪਰ ਜਿਹੜੀ ਲੜਾਈ ਪੰਜਾਬ ਨੇ ਲੜਨੀ ਹੈ ਉਹਦੇ 'ਚ ਤਹਿਜ਼ੀਬ ਅਦਬ ਬਹੁਤ ਜ਼ਰੂਰੀ ਹੈ। ਅਸੀਂ ਗੁਰੂ ਨਾਨਕ ਦਾ ਪੁੱਤ ਕਿਸੇ ਨੂੰ ਕਮੈਂਟਾਂ 'ਚ ਗਾਲਾਂ ਨਹੀਂ ਕੱਢ ਸਕਦਾ, ਕਿਸੇ ਨੂੰ ਕਿਸੇ ਦੀ ਪੋਸਟ ਥੱਲੇ ਮਾਂ ਦੀ ਗਾਲ ਜਾਂ ਭੈਣ ਦੀ ਗਾਲ ਨਹੀਂ ਕੱਢ ਸਕਦਾ ਗੁਰੂ ਨਾਨਕ ਦਾ ਪੁੱਤ। ਗੁਰੂ ਨਾਨਕ ਦਾ ਪੁੱਤ ਕਿਸੇ ਦੇ ਗਲ 'ਚ ਛਿੱਤਰਾਂ ਦਾ ਹਾਰ ਨਹੀਂ ਪਾ ਸਕਦਾ। ਗੁਰੂ ਨਾਨਕ ਦਾ ਪੁੱਤ ਗੁਰੂ ਨਾਨਕ ਵਾਂਗੂ ਬੋਲੂਗਾ, ਅਤੇ ਬਾਬਾ ਨਾਨਕ ਕਿਵੇਂ ਬੋਲਿਆ, ਦੁਨੀਆ ਜਾਣਦੀ ਹੈ, ਦੁਨੀਆ ਜਾਣਦੀ ਹੈ। ਅਤੇ ਕਿੰਨਾ ਨਿੱਗਰ ਬੋਲਿਆ ਆਪਣਾ ਪਿਓ, ਉਹ ਤੋਂ ਵੱਡਾ ਕੌਣ ਬੋਲਿਆ, ਕਿਹੜੇ ਵੇਲੇ 'ਚ ਆ ਕੇ ਕਿੱਥੇ ਚੋਟ ਮਾਰੀ ਹੈ, ਮਜਾਲ ਹੈ ਕੋਈ ਹਿੱਲ ਜੇ। ਤਾਂ ਜੇ ਤਾਂ ਸਮਝਦੇ ਹੋ ਵੀ ਅਸੀਂ ਗੁਰੂ ਨਾਨਕ ਦੇ ਪੁੱਤ ਹੈ, ਤਾਂ ਲੜਾਈ ਬੇਸ਼ੱਕ ਲੜਿਓ, ਪਰ ਤਹਿਜ਼ੀਬ ਨਾਲ ਲੜਿਓ, ਕਿਉਂਕਿ ਪੰਜਾਬ ਦਾ ਕੋਈ ਵੀ ਮਸਲਾ ਹੈ ਨਿਬੜਨਾ ਟੇਬਲ 'ਤੇ ਹੀ ਆ ਕੇ। ਇੰਨੀ ਕੁ ਸਾਂਝ ਰੱਖ ਲਿਓ ਕਿ ਟੇਬਲ 'ਤੇ ਬਹਿ ਕੇ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਰਹਿ ਜਾਈਏ। ਇੰਨੀਆਂ ਨਫ਼ਰਤਾਂ ਨਾ ਵਧਾ ਲਿਓ, ਇੰਨੇ ਵੈਰ ਨਾ ਪਾਲਿਓ, ਇੰਨਾ ਆਪੇ ਤੋਂ ਬਾਹਰ ਹੋ ਕੇ ਨਾ ਬੋਲ ਜਾਓ ਕਿਤੇ, ਵੀ ਬਾਅਦ 'ਚ ਫਿਰ ਸਾਹਮਣੇ ਬੈਠਣਾ ਵੀ ਔਖਾ ਹੋ ਜੇ, ਅਤੇ ਗੱਲਾਂ ਨਿਬੜ ਜਾਣਗੀਆਂ। ਗੱਲਾਂ ਨਿਬੜਨੋਂ ਨਹੀਂ ਰਹਿੰਦੀਆਂ, ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇੰਨਾ ਕੁ ਮਾਣ ਰੱਖਿਓ, ਇੰਨਾ ਕੁ ਮਾਣ ਰੱਖਿਓ ਕਿ ਇੱਥੇ ਤਪ ਹੋਏ ਵੇ ਹੈ, ਇੱਥੇ ਜਪਿਆ ਗਿਆ, ਇੱਥੇ ਧਿਆਇਆ ਗਿਆ, ਇੱਥੇ ਸੁਣਾਇਆ ਗਿਆ, ਇੱਥੇ ਸੰਗਤ ਦੁਆਰਾ ਸੁਣਿਆ ਗਿਆ, ਇੱਥੇ ਕਿਵੇਂ ਵਾਰ ਖਾਲੀ ਰਹਿ ਜੂਗਾ। ਅਤੇ ਇੰਨਾ ਯਾਦ ਰੱਖਿਓ, ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ, ਆਏ ਵੱਜੀ ਹੈ। ਇਹਦੇ 'ਚ ਇੱਕ ਹੱਥ ਸਰਕਾਰਾਂ ਦਾ, ਇੱਕ ਹੱਥ ਆਪਣਾ ਹੈ, ਆਹ ਖੜਾ ਨਾਗਰਿਕ, ਇੱਕ ਹੱਥ ਇਹਦਾ ਹੈ, ਅਤੇ ਖੜਕਾ ਆਪਣੇ ਵਾਲੇ ਹੱਥ ਦਾ ਜ਼ਿਆਦਾ ਆ ਪੰਮਿਆ, ਆਪਣੇ ਵਾਲੇ ਹੱਥ ਦੀ ਆਵਾਜ਼ ਜ਼ਿਆਦਾ ਹੈ। ਇਸ ਕਰਕੇ ਜੇ ਬਾਬੇ ਕੇ ਵੱਜਦੇ ਹੋ ਨਾ, ਖਾਲਸਾ ਜੀ, ਕਿਸੇ ਸ਼ਾਇਰ ਨੇ ਲਿਖਿਆ, ਨਾਨਕ ਦੀ ਕੁੱਲ ਵਿੱਚੋਂ, ਨਾਨਕ ਦੀ ਕੁੱਲ ਵਿੱਚੋਂ ਗੋਬਿੰਦ ਦੀ ਅੱਖ ਦੇ ਤਾਰੇ ਬਾਬੇ ਕੇ ਵੱਜਦੇ ਆ, ਸਾਡੇ ਰੁਤਬੇ ਖਾਸ ਨਿਆਰੇ। ਭਾਈ ਬਾਬੇ ਕੇ ਵੱਜਦੇ ਆ, ਸਾਡੇ ਰੁਤਬੇ ਖਾਸ ਨਿਆਰੇ। ਸਾਡੀ ਜੰਗ ਪਚੰਗੀ ਸਿਰ ਫਿਰਿਆਂ ਦੀ, ਸਾਡੀ ਜੰਗ ਪਚੰਗੀ ਸਿਰ ਫਿਰਿਆਂ ਦੀ, ਸਤਿਗੁਰ ਪੈਜ ਸਵਾਰੇ। ਉਹ ਬਾਬੇ ਕੇ ਵੱਜਦੇ ਆ, ਸਾਡੇ ਰੁਤਬੇ ਖਾਸ ਨਿਆਰੇ। ਬਾਬੇ ਕੇ ਅੱਗੇ ਹੋਰ ਵੀ, ਅਸੀਂ ਰੱਜ ਕੇ ਵਾਹੀ ਦੇ, ਅਸੀਂ ਰੱਜ ਕੇ ਵਾਹੀ ਦੇ ਚਲਾਈ ਤੇਗ, ਅਸੀਂ ਰੱਜ ਕੇ ਵਾਹੀ ਦੇ ਚਲਾਈ ਤੇਗ, ਤਿੰਨਾ ਕੇ ਮਾਰੇ।
ਓਏ ਬਾਬੇ ਕੇ ਵੱਜਦੇ ਆ ਸਾਡੇ ਰੁਤਬੇ ਖਾਸ ਨਿਆਰੇ ਬਾਬੇ ਕੇ ਉਹ ਲੈਣਾ ਇਹ ਗਵਈਆ ਚਾਹੁੰਦਾ ਨਾ ਕਹਿਣੀਆਂ ਪੈਣ ਨਹੀਂ ਤਾਂ ਜੇ ਸਮਾਂ ਆਇਆ ਉਹ ਸਮਾਂ ਹੁੰਦਾ ਜਦੋਂ ਗਵਈਆ ਜਾਂ ਕੋਈ ਉੱਠ ਕੇ ਕੋਈ ਸੂਰਬੀਰ ਯੋਧਾ ਬੋਲਦਾ ਕਿ ਬਾਬੇ ਕੇ ਵੱਜਦੇ ਆ ਹੱਥ ਪਾ ਲਈ ਨਾ ਸਰਕਾਰੇ ਨੀ ਬਾਬੇ ਕੇ ਇਹ ਲੈਣਾ ਨਾ ਕਹਿਣੀਆਂ ਪੈਣ ਇਸ ਕਰਕੇ ਜੇ ਅਦਬ ਤਹਿਜ਼ੀਬ ਰੱਖੋਗੇ ਬਾਬੇ ਦੀ ਬਾਣੀ ਨੂੰ ਸਮਝ ਕੇ ਆਪਣੇ ਹੱਕਾਂ ਲਈ ਲੜੋਗੇ ਤਾਂ ਸਭ ਕੁਛ ਮਿਲਦਾ ਬਾਬਾ ਸਭ ਕੁਛ ਮਿਲਦਾ ਜੇ ਗੱਲਾਂ ਨਾਲ ਸਹਿਮਤ ਹੋ ਤੈ ਕਰੀ ਭਾਵੇਂ ਤਾੜੀ ਮਾਰ ਦਿਓ ਖਿਆਲ ਰੱਖਿਓ ਆਪਣਾ ਚਾਹੀਦਾ ਜਵਾਬ ਤੁਸੀਂ ਭੱਜੋ ਨਾ ਸਵਾਲ ਤੋਂ ਚਾਹੀਦਾ ਜਵਾਬ ਤੁਸੀਂ ਭੱਜੋ ਨਾ ਸਵਾਲ ਤੋਂ ਜਦੋਂ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ ਉਹ ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ ਉਹ ਮਾੜਿਆਂ ਖਿਆਲਾਂ ਦੀ ਸਫਾਈ ਮੰਗ ਰਹੇ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਹੁਣ ਫਿਰ ਉਦੋਂ ਬੋਲੇਗਾ ਘਰ ਚ ਲੁਟੇਰੇ ਬਣਦੇ ਆ ਅੱਖਾਂ ਖੋਲ ਪੰਜਾਬ ਘਰ ਚ ਲੁਟੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ ਅੱਗੇ ਬਾਤ ਆ ਪਹਿਲਾਂ ਸਾਡੇ ਪੁੱਤ ਨਸ਼ਿਆਂ ਤੇ ਲਾ ਗਏ ਪਹਿਲਾਂ ਸਾਡੇ ਪੁੱਤ ਨਸ਼ਿਆਂ ਤੇਰੀ ਮਾਂ ਮਾਰਨ ਨੂੰ ਆ ਗਏ ਪੁੱਤ ਨਸ਼ਿਆਂ ਤੇ ਲਾ ਗਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ ਨਿਆਣੇ ਬਾਹਰ ਨੂੰ ਤੁਰ ਪਏ ਨੇ ਧੀਆਂ ਪੁੱਤ ਬਾਹਰ ਨੂੰ ਐਸ ਪਿੰਡ ਚ ਮੈਂ ਘੁੰਮ ਕੇ ਆਇਆ ਅੱਜ ਐਡੇ ਐਡੇ ਮਹਿਲ ਪਾਏ ਹੋਏ ਆ ਤੇ ਬਹੁਤੇ ਘਰਾਂ ਚ ਲਾਈਟ ਜਗਦੀ ਨਹੀਂ ਸੀ ਉੱਥੋਂ ਅੰਦਾਜ਼ਾ ਲੱਗਦਾ ਵੀ ਜਿੰਦੇ ਲੱਗੇ ਹੋਏ ਆ ਉਹ ਸਾਡੇ ਪਰਿਵਾਰ ਬਾਹਰਲੇ ਮੁਲਕਾਂ 'ਚ ਬੈਠੇ ਹੈ ਮੁਬਾਰਕ ਹੈ ਖੁਸ਼ੀ ਦੀ ਗੱਲ ਹੈ ਅੰਦੋਲਨ ਅਸੀਂ ਤਾਂ ਜਿੱਤੇ ਹਾਂ ਜੇ ਬਾਹਰਲੇ ਮੁਲਕਾਂ 'ਚ ਬੈਠੇ ਸੀ ਜੇ ਬਾਹਰਲੇ ਮੁਲਕਾਂ 'ਚ ਬੈਠੇ ਹੋ ਇਸੇ ਕਰਕੇ ਸਵਾ ਸਾਲ ਬੈਠੇ ਰਹੇ ਇਕਾਨਮੀ ਵੱਡੀ ਗੇਮ ਹੈ ਪਰ ਅੱਧੇ ਘਰਾਂ ਦੇ ਜਿੰਦੇ ਲੱਗੇ ਦੇਖ ਕੇ ਚੰਗਾ ਵੀ ਨਹੀਂ ਲੱਗਿਆ ਇੱਥੇ ਚਾਹੀਦੇ ਆ ਚਾਚੇ ਤਾਏ ਇੱਥੇ ਚਾਹੀਦੀ ਆ ਬੇਬੇ ਇੱਥੇ ਚਾਹੀਦੇ ਆ ਭੈਣ ਭਰਾ ਨਿਆਣੇ ਬਾਹਰ ਨੂੰ ਤੁਰ ਪਏ ਨੇ ਬਾਹਰ ਨੂੰ ਤੁਰ ਪਏ ਨੇ
ਪੱਕੇ ਚਿੰਦਰੇ ਕਰ ਹਨੂੰ ਚੜ ਕੇ ਓਏ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਮਰ ਕੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਪੀਂਘ ਕੁਲਾਣੀ ਪੈ ਗਈ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ ਪਿੰਡ ਤੇ ਪੀਂਘ ਕੁਲਾਣੀ ਪੈ ਗਈ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਟੱਬਰ ਇਕੱਠਾ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਪੰਜਾਬ ਵਾਲਿਓ ਜਦੋਂ ਗੁਰੂ ਘਰਾਂ 'ਚ ਸਾਡੇ ਲਾੜੇਦਾਰਾਂ ਦੀਆਂ ਪੱਗਾਂ ਲੈਂਦੀਆਂ ਨਾ ਪੱਗਾਂ ਆਪਦਿਆਂ ਦੀਆਂ ਪੱਗਾਂ ਲਾਉਂਦੇ ਆ ਹਾਰ ਆ ਬਹੁਤ ਵੱਡੀ ਬਗਾਨੇ ਪੁੱਤ ਆਪਦਾ ਕੰਮ ਕਰਨ ਆਏ ਸੀ ਕਰਕੇ ਤੁਰ ਗਏ ਟੀਮਾਂ ਬੈਠੀਆਂ ਅਸੀਂ ਕਿਹੜੀ ਗੇਮ 'ਚ ਹੈ ਗੱਲਾਂ ਤਾਂ ਮੇਰੇ ਵਰਗਾ ਬਹੁਤ ਵੱਡੀਆਂ ਕਰਦਾ ਪਰ ਮੈਂ ਆ ਕੇ ਕਿਹੜੀ ਕਿਰਪਾ ਦਾ ਢੰਡੋਰਾ ਪਿੱਟਦੇ ਫਿਰਦੇ ਹੋ ਜਦੋਂ ਪੁੱਛੀਦਾ ਸਰਦਾਰਾ ਕਿੰਨੇ ਗੁਰਦੁਆਰੇ ਆ ਪਿੰਡ 'ਚ ਤੇਰੇ ਬੜੀ ਕਿਰਪਾ ਜੀ ਮਹਾਰਾਜ ਦੀ ਚਾਰ ਗੁਰਦੁਆਰੇ ਹੈ ਜਦੋਂ ਮੈਨੂੰ ਉਹਨੇ ਇੰਨੀ ਗੱਲ ਬੋਲਤੀ ਨਾ ਚਾਰ ਗੁਰਦੁਆਰੇ ਹੈ ਮੈਨੂੰ ਪੁੱਛਣਾ ਨਹੀਂ ਪਿਆ ਵੀ ਤੇਰੇ ਪਿੰਡ ਦਾ ਮਾਹੌਲ ਕੀ ਹੈ ਮੈਨੂੰ ਪਤਾ ਹੈ ਤੇਰੇ ਪਿੰਡ 'ਚ ਕਲੇਸ਼ ਹੈ ਮੈਨੂੰ ਪਤਾ ਤੇਰੇ ਪਿੰਡ 'ਚ ਲੋਕਾਂ ਦੀ ਬਣਦੀ ਨਹੀਂ ਮੈਨੂੰ ਪਤਾ ਹੈ ਜਿਹੜੇ ਇੱਕ ਪਿਓ ਦਾ ਹੋਣ ਦਾ ਦਾਅਵਾ ਕਰਦੇ ਹਾਂ ਅਸੀਂ ਉੱਥੋਂ ਕੋਹਾਂ ਦੂਰ ਹਾਂ ਅਸੀਂ ਕਿਹੜੇ ਗੁਰੂ ਦੀ ਗੱਲ ਕਰਦੇ ਹਾਂ ਆਹ ਜੱਟਾਂ ਦਾ ਗੁਰਦੁਆਰਾ ਆਹ ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਆਹ ਚਮਿਆਰ ਭਾਈਚਾਰੇ ਦਾ ਗੁਰਦੁਆਰਾ ਆਹ ਇਤਿਹਾਸਕ ਗੁਰਦੁਆਰਾ ਆਹ ਦੋ ਪ੍ਰਧਾਨ ਲੜ ਪਏ ਉਹਨਾਂ ਨੇ ਇੱਕ ਨਵਾਂ ਸ਼ੁਰੂ ਕਿਹੜੇ ਗੁਰੂ ਦੀ ਗੱਲ ਆ ਤੇ ਤੜਕੇ ਕਿਹੜੇ ਮੂੰਹ ਨਾਲ ਸਪੀਕਰਾਂ 'ਚ ਆਵਾਜ਼ਾਂ ਦਿੰਦੇ ਹੋ ਮਾਨਸ ਕੀ ਜ਼ਾਤ ਸਭਾ ਇੱਕ ਪਹਿਚਾਣ ਵੋ ਕਿਹੜੀਆਂ ਦਾਅਵੇਦਾਰੀਆਂ ਨਾਲ ਬੋਲਦੇ ਹੋ ਤੜਕੇ ਅਵਲ ਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਕਿਹੜੇ ਮੂੰਹ ਨਾਲ ਪੜਦੇ ਆ ਹੈ ਸਾਡੇ ਕੋਲੇ ਜਵਾਬ ਕੋਈ ਨਾ ਮੇਰੇ ਕੋਲੇ ਨਾ ਤੇਰੇ ਕੋਲੇ ਉਹ ਪੜਦੇ ਆ ਨਾ ਹਮੇ ਤੋਂ ਆਪਣੋ ਨੇ ਮਾਰਾ ਗੈਰੋਂ ਮੈਂ ਕਹਾ ਦਮ ਥਾ ਓਏ ਅਸੀਂ ਜੁੰਡੋ ਜੁੰਡੀ ਹੋਏ ਪਏ ਹਾਂ ਅਸੀਂ ਕਲੇਸ਼ ਪਾਈ ਬੈਠੇ ਹਾਂ ਆਪਦੇ ਘਰ 'ਚ ਕਿੰਨੀ ਸ਼ਰਮ ਦੀ ਗੱਲ ਹੈ ਪੁੱਤ ਗੁਰੂ ਨਾਨਕ ਦਾ ਤੇ ਸਿਵੇ ਪਿੰਡ 'ਚ ਦੋ ਖੁੱਲ ਕੇ ਮਾਰੋ ਤਾੜੀਆਂ ਨਲਾਇਕੀ ਹੈ ਸਾਡੀ ਨਲਾਇਕੀ ਇੱਕ ਪਿੰਡ ਮਜ਼੍ਹਬੀ ਸਿੱਖ ਆਪਣੇ ਸ਼ਮਸ਼ਾਨ ਘਾਟ 'ਚ ਜੱਟ ਸਿੱਖ ਆਪਣੇ ਸ਼ਰਮ ਨਾ ਡੁੱਬ ਕੇ ਮਰ ਜਾਓ ਵਿੱਚੇ ਮੈਨੂੰ ਸੱਟ ਲਿਓ ਲੇਖੇ ਦੇਣੇ ਪੈਣੇ ਆ ਬਾਬਾ ਆਹ ਜਿਹੜਾ ਤੜਪਾਉਂਦਾ ਹੈ ਨਾ ਤੜਪਾਉਣਾ ਹੈ ਵੀ ਤੂੰ ਛੋਟਾ ਹੈ ਤੇਰੀ ਜ਼ਾਤ ਛੋਟੀ ਹੈ ਲੇਖਾ ਦੇਣਾ ਪਊਗਾ ਦੇਣਾ ਪਊਗਾ ਲੇਖਾ ਜੱਫੀਆਂ ਪਾ ਲਓ ਇਹੀ ਗਵੱਈਆ ਗੀਤ 'ਚ ਕਹਿੰਦਾ ਧੀਆਂ ਪੁੱਤ ਇਕੱਠੇ ਕਰ ਲਾਓ ਬਾਬਾ ਐਵੇਂ ਨਹੀਂ ਕਹਿੰਦਾ ਰੰਗਰੇਟੇ ਗੁਰੂ ਕੇ ਬੇਟੇ ਐਵੇਂ ਨਹੀਂ ਕਹਿੰਦੇ ਆਹ ਜਿਹੜਾ ਸਾਡੇ ਵਾਲਿਆਂ ਨੇ ਰੌਲਾ ਪਾ ਰੱਖਿਆ ਨਾ ਯੋਧੇ ਸ਼ਹੀਦ ਪੁੱਛ ਕੇ ਦੇਖੋ ਬਾਬਾ ਜੀਵਨ ਸਿੰਘ ਬਾਰੇ ਪੁੱਛ ਕੇ ਦੇਖੋ ਉਹਨਾਂ ਸ਼ਹੀਦਾਂ ਬਾਰੇ ਇੱਥੇ ਮਜ਼੍ਹਬੀ ਸਿੱਖ ਬੈਠੇ ਹੋਣਗੇ ਮੇਰੇ ਭੈਣ ਭਰਾ ਮਾਣ ਕਰਿਆ ਕਰੋ ਮਜ਼੍ਹਬ ਦੇ ਪੱਕੇ ਨੂੰ ਮਜ਼੍ਹਬੀ ਕਹਿੰਦੇ ਹੈ
की सुनते हो जड़ा मजहब का पक्का है वह मजहबी सिंह है। यह कोई छोटी जी गल नहीं है, बड़ी वड्डी गल है। इस करके आए आप आए इको टाट से बह के लंगर छकने आप इको गुरु घर च मत्थे टेकने आप देख कोई वरता दे भावें मजहबी सिंह वरता दे भावें जट वरता दे कोई वरता दे फर्क नहीं बाबा फर्क नहीं। मरे बंदे नूं चक के दो दो सिव्यां च लई फिरदे आ की भालदे आ मैनूं लगदा जे हजे बंदगी दा फार्म भी नहीं भरे आपां इत्थे इत्थे फसे पए आ आपां ला के भगा के मारे ना जातां पातां नूं बाबा गुरु नानक दा सोहना जिहा पुत बन के जिओ बड़ा नज़ारा आऊगा। ਧੀਆਂ ਪੁੱਤ ਇਕੱਠੇ ਕਰ ਲੈ ਤੂੰ ਟੱਬਰ ਇਕੱਠਾ ਕਰ ਲੈ ਓ ਟੱਬਰ ਇਕੱਠਾ ਕਰ ਲੈ ਤੂੰ ਇਹ ਮੈਂ ਆਪਣੀ ਤੇ ਅੜ ਕੇ ਓ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਮਰ ਕੇ ਨਾਰੇ ਲਾ ਦਿਓ ਮੇਰੇ ਨਾਲ ਨਜ਼ਾਰਾ ਲੈ ਜਾਂਦਾ ਗੱਲਾਂ ਕਰ ਕਰਕੇ ਗੁਰੂ ਦੇ ਧੀਆਂ ਪੁੱਤਾਂ ਦਾ ਇੱਕ ਸਾਡੇ ਭਾਈਚਾਰਿਆਂ ਦਾ ਇੱਕ ਸਭ ਧਰਮਾਂ ਦਾ ਇੱਕ ਜ਼ਿੰਦਾਬਾਦ 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 ਭਰਾਵਾਂ ਨੇ ਉਦੋਂ ਬਾਅਦ ਕਹਿੰਦੇ ਜਾ ਮੇਰੀਆਂ ਮਾਵਾਂ ਭੈਣਾਂ ਕੁੜੀਓ ਉਹ ਕੁੜੀਓ ਪੁੱਤ ਬਹਿ ਜਾਓ ਪੰਜ ਮਿੰਟ ਇਕੱਠੇ ਚੱਲਦੇ ਹਾਂ ਸਾਰੇ ਬਹਿ ਜਾਓ ਪੰਜ ਮਿੰਟ ਹੁਣ ਇੱਕ ਗੀਤ ਗਾ ਕੇ ਚੱਲਦੇ ਬਸ ਆਪਾਂ ਬਹਿ ਜਾਓ ਮੇਰੀਆਂ ਭੈਣਾਂ ਆਖਰੀ ਗੀਤ ਆ ਹੁਣ ਤੁਸੀਂ ਦੱਸ ਦਿਓ ਕਿਹੜਾ ਸੁਣਨਾ ਯਾਰ ਜਿਹੜਾ ਮਰਜ਼ੀ ਮਸਤ ਬਣਾ ਲੈਣਗੇ ਲਓ ਸੁਣ ਲਓ ਅਤੇ ਇੱਕ ਨਾ ਮੋਬਾਈਲ ਨਹੀਂ ਮੇਰੇ ਵਾਲਾ ਕਿੱਥੇ ਹੈ ਆਈ ਹੈਵ ਆਈ ਫੋਨ ਬ੍ਰਦਰ ਤੁਹਾਡੇ ਕੋਲੇ ਆ ਕੇ ਪੜ੍ਹਨਾ ਹੈ ਨਾ ਇੱਕ ਗੀਤ ਮਾਰਦਾ ਛੜ ਹੈ ਦੇਖ ਲਾ ਮਾਰ ਜਾਂਦੇ ਹੈ ਉਹ ਨਾ ਬਾਬਾ ਕੋਈ ਨਹੀਂ ਮਾ ਜਾਣਾ ਕੋਈ ਤਾਂ ਹੀ ਕਹਿੰਦੇ ਆ ਐਵੇਂ ਨਾ ਜਾਣੀ ਵੇਚਦੀ ਲੰਘ ਜਾਂਗੇ ਉਹ ਬਾਈ ਕਿੱਥੇ ਆਓ ਉਹ ਚਲਾ ਕਿੱਥੇ ਆਓ ਉਹ ਇੱਥੇ ਹੈਗਾ ਤਾਂ ਉਹਨੂੰ ਕਹਿ ਮੈਨੂੰ ਮਿਲ ਕੇ ਜਾਈ
ਜੱਫੀ ਪਾ ਕੇ ਜਾਣਾ ਮਾਣੂ, ਨਹੀਂ ਉਹਦੇ ਘਰੇ ਜਾਊ ਮੈਂ। ਆਏ ਨਹੀਂ ਜਾਣਾ ਚਾਹੀਦਾ ਯਾਰ, ਇਹ ਗੀਤ ਬੋਲ ਹੈ, ਜੀ ਕਰਦਾ ਸੀ ਕਿ ਪੜ੍ਹ ਕੇ ਜਾਵਾਂ ਤੁਹਾਡੇ 'ਚ। ਉਹ ਕਿੱਥੇ ਚਲਾ ਗਿਆ? ਚੌਥਾ ਗਾਲਾ ਦੇ ਬਾਬੇ ਜੀ, ਆਹ ਚੌਥਾ ਗਾਲਾ ਤਾਂ ਨਹੀਂ ਹੈਗਾ, ਚੌਥਾ ਕਾਲਾ ਠੀਕ ਹੈ, ਪੰਜਵਾਂ ਕਰ ਲਾ ਪੰਜਵਾਂ। ਬੜਾ ਮਿੱਠਾ ਜਿਹਾ ਗੀਤ ਹੈ, ਔਰ ਗੀਤ ਉਸ ਸ਼ਹੀਦ ਦੇ ਨਾਮ 'ਤੇ ਹੈ, ਉਸ ਯੋਧੇ ਦੇ ਨਾਮ 'ਤੇ ਹੈ ਜਿਹਦੇ ਕਰਕੇ ਇਹ ਪਿੰਡ, ਇਹ ਸਾਰਾ ਮੁਲਕ ਮਾਣ ਕਰਦਾ ਹੈ ਕਿ ਸ਼ਹੀਦ ਭਗਤ ਸਿੰਘ ਸਾਡਾ ਭਗਤ ਸਿੰਘ। ਬਾਪੂ ਇਸ ਤੋਂ ਬਾਅਦ ਗਾਉਣਾ ਤੁਹਾਡੇ ਵਾਲਾ ਗੀਤ, ਕਿਹੋ ਜਿਹੇ ਬੰਦੇ ਇਸ ਪਿੰਡ ਦੇ ਯਾਰ, ਗੱਲ ਕਹਿ ਕੇ ਉਸ ਤੋਂ ਬਾਅਦ ਉੱਥੇ ਆਉਂਦੇ ਨਹੀਂ। ਮਾਂ ਮੇਰੀ ਹੈ, ਪੰਜ ਮਿੰਟ ਜੀ, ਪੰਜ ਮਿੰਟ ਜਾਣਾ ਨਹੀਂ ਅਜੇ। ਬਹਿ ਜਾ ਪੁੱਤ, ਹੋਏ ਬਹਿ ਜਾ ਮੇਰੀ ਭੈਣ, ਫੋਟੋ ਜਿੰਨੀਆਂ ਮਰਜ਼ੀ ਕਰਾ ਲਓ, ਮਾਂ ਮੇਰੇ ਕਿਹੜਾ ਨਾਲ ਆਇਆ ਕੋਈ, ਇਕੱਲਾ ਹੀ ਹੈ, ਭਾਵੇਂ ਘੂਰ ਕੇ ਖਿਚਾ ਲਿਓ। ਮੈਂ ਯੰਗ ਹਾਂ ਜੀ, ਯੰਗ ਆ ਦੇਖੀ ਗੱਲਾਂ ਪਤਾ ਹੀ ਕਰਦੇ ਬੈਠੇ, ਕਹਿੰਦਾ ਨਹੀਂ ਉਹ ਯੰਗ ਹੈ, ਯੰਗ ਹੈ। ਹੋਰ ਬਾਬੇ ਮੈਂ ਬੁੜਾ ਹੋ ਗਿਆ, ਉੱਥੋਂ ਛਾਲ ਮਾਰਨੀ ਧਰਨ ਪੈ ਜੂਗੀ ਮਾੜੇ ਬੰਦੇ ਦੇ। ਸਰਦਾਰਾ ਬਹਿ ਜੀ, ਬਹਿ ਜਾ ਮੇਰਾ ਭਰਾ, ਬਹਿ ਜਾ, ਜਾਈ ਨਾ ਨੇੜੇ ਆਉਣਾ, ਆ ਜਾ ਨੇੜੇ ਆਉਣਾ, ਆ ਜਾ। ਲੈ ਸੁਣਿਓ, ਉਹ ਜੀ ਦਾ ਨਾਮ ਹੀ ਭਗਤ, ਉਹਦੀ ਭਗਤੀ ਨੂੰ ਭਗਤੀ ਦਾ ਪੈਰ ਲੱਗਿਆ। ਬੜਾ ਪਿਆਰਾ, ਅੱਜ ਨੂਰ ਨੇ ਅੱਜ ਹੀ ਲਿਖਿਆ, ਰਾਤ ਸਾਡਾ ਪ੍ਰੋਗਰਾਮ ਬਠਿੰਡੇ ਸੀ, ਤਾਂ ਬਠਿੰਡੇ ਅੱਜ ਆਉਂਦੇ ਆਉਂਦੇ ਨੇ, ਮੈਂ ਨੂਰ ਨੂੰ, ਮੇਰਾ ਦੋਸਤ ਹੈ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਗੀਤ ਤਾਂ ਬਹੁਤ ਚੇਤੇ ਆ ਸਰਦਾਰ ਭਗਤ ਸਿੰਘ ਦੇ, ਪਰ ਕੋਈ ਨਵਾਂ ਜਿਹਾ ਕੁਛ ਗੀਤ ਲਿਖ ਕੇ ਦੇ ਕਿ ਉਸ ਪਿੰਡ ਦੇ ਜਿੰਨੇ ਬਛਿੰਦੇ ਜਾਂ ਆਂਢੀ ਗੁਆਂਢੀ ਪਿੰਡਾਂ ਦੇ ਜਿਹੜੇ ਭੈਣ ਭਰਾ ਬੈਠੇ ਹੋਣਗੇ, ਮਾਣ ਤਾਂ ਪਹਿਲਾਂ ਹੀ ਕਰਦੇ ਆ, ਪਰ ਆ ਗੀਤ ਦੇ ਨਾਲ ਨਾਲ ਵੀ ਇੱਦਾਂ ਹੀ ਤੁਰ ਪੈਣ ਵੀ ਅਸੀਂ ਇੰਨੇ ਕਰਮ ਵਾਲੇ ਹਾਂ ਯਾਰ, ਸਾਡੀਆਂ ਜ਼ਿੰਮੇਵਾਰੀਆਂ ਇੰਨੀਆਂ ਵੱਡੀਆਂ ਕਿ ਇੱਥੋਂ ਐਡੇ ਵੱਡੇ ਹੋ ਤੁਰ ਗਏ। ਸੋ ਉਸ ਆਸ਼ਕ ਨੂੰ, ਉਹ ਜਿਹਦਾ ਨਾਮ ਹੀ ਭਗਤ, ਉਹਦੀ ਭਗਤੀ ਨੂੰ ਭਗਤਾਂ ਦਾ ਪੈਰ ਲੱਗਿਆ। ਉਹ ਕਦੇ ਲੱਗਿਆ ਏ ਖਟਕਲ ਕੜਾਂ ਪਿੰਡ, ਕਦੇ ਦਿੱਲੀ ਸ਼ਹਿਰ ਲੱਗਿਆ। ਉਹ ਕਦੇ ਲੱਗਿਆ ਏ ਖਟਕਲ ਕੜਾਂ ਪਿੰਡ, ਕਦੇ ਦਿੱਲੀ ਸ਼ਹਿਰ ਲੱਗਿਆ। ਉਹ ਲਿਖੇ ਬਾਗੀਆਂ ਤਵੀਤਾਂ ਵਾਲਾ ਨੂਰ, ਉਹ ਲਿਖੇ ਬਾਗੀਆਂ ਤਵੀਤਾਂ ਵਾਲਾ ਨੂਰ, ਉਹ ਤੇਰੀ ਬਾਗੀ ਤਕਦੀਰ ਦੇ ਕਿੱਸੇ, ਉਹ ਮੌਤ ਮੰਨ ਕੇ ਪਰਾਉਣੀ ਜਿਹੜੀ ਬਹਿ ਗਿਆ, ਉਹ ਤੇਰੀ ਜੱਟੀ ਹੀਰ ਦੇ ਹਿੱਸੇ, ਉਹ ਤੇਰੀ ਜੱਟੀ ਹੀਰ ਦੇ ਹਿੱਸੇ। ਉਹ ਬਾਗ ਜਲਿਆਂ ਵਾਲਿਆਂ ਦੀ ਮਿੱਟੀ, ਉਹ ਬਾਗ ਜਲਿਆਂ ਵਾਲਿਆਂ ਦੀ ਮਿੱਟੀ ਸਿਰ ਤੇ ਅਜੇ ਵੀ ਤੇਰੇ ਮਾਣ ਕਰਦੀ। ਉਹ ਤੇਰੇ ਸਿਰ ਉੱਤੋਂ ਵਾਰ ਕਿਉਂ ਜੋ ਕਤਰਾ ਲਹੂ ਦਾ ਕੁਰਬਾਨ ਕਰਦੀ। ਕਾਹਦਾ ਰੰਗਿਆ ਬਸੰਤੀ ਤੇਰਾ ਚੋਲੜਾ, ਉਹ ਕਾਹਦਾ ਰੰਗਿਆ ਬਸੰਤੀ ਤੇਰਾ ਚੋਲੜਾ, ਫਾਂਸੀ ਨੂੰ ਤਕਦੀਰ ਮੰਨ ਕੇ। ਉਹ ਤੇਰੇ ਸੱਚੇ ਸੁੱਚੇ ਪੈਰ, ਉਹ ਤੇਰੇ ਸੁੱਚੇ ਪੈਰ ਚੁੰਮਦੀ ਵੇ ਸੂਰਿਆ, ਆਜ਼ਾਦੀ ਸੂਰ ਵੀਰ ਮੰਨ ਕੇ ਵੇ ਤੇਰੇ ਪੈਰ ਚੁੰਮਦੀ। ਅੱਗੇ ਲਿਖਿਆ, ਜਦੋਂ ਚੁੰਮਿਆ ਫਾਂਸੀ ਦਾ ਫੰਦਾ ਫੜ ਕੇ, ਉਹ ਜਦੋਂ ਚੁੰਮਿਆ ਫਾਂਸੀ ਦਾ ਫੰਦਾ ਫੜ ਕੇ, ਉਹ ਕਹਿੰਦਾ ਇਨਕਲਾਬ ਆ ਗਿਆ। ਉਹ ਕਹਿੰਦਾ ਮੰਨ ਕੇ ਸ਼ਹਾਦਤਾਂ ਨੂੰ ਪੀਰ, ਤੇਰਾ ਰੰਗਲਾ ਪੰਜਾਬ ਆ ਗਿਆ। ਉਹ ਕਹਿੰਦਾ ਮੰਨ ਕੇ ਸ਼ਹਾਦਤਾਂ ਨੂੰ ਪੀਰ, ਤੇਰਾ ਰੰਗਲਾ ਪੰਜਾਬ ਆ ਗਿਆ। ਉਹ ਤੇਰੇ ਜਜ਼ਬੇ ਜਨੂਨ ਤੇਰੀ ਹਸਤੀ, ਉਹ ਤੇਰੇ ਜਜ਼ਬੇ ਜਨੂਨ ਤੇਰੀ ਹਸਤੀ,
ਵਿੱਚੋਂ ਨਿਕਲੇ ਕਲਾਮ ਵੀਰਿਆ ਉਹ ਤੇਰੀ ਉੱਚੀ ਸੋਚ ਉੱਚੇ ਕਰਦਾਰ ਨੂੰ ਸਾਡੀ ਤਾਂ ਸਲਾਮ ਵੀਰਿਆ ਸਾਡੀ ਸਭ ਦੀ ਸਲਾਮ ਵੀਰਿਆ ਸਾਡੀ ਸਭ ਦੀ ਓਏ ਸਲਾਮ ਵੀਰਿਆ ਲਓ ਸੱਜਣੋ ਜਾਂਦਿਆਂ ਜਾਂਦਿਆਂ ਨਾ ਜਾਈ ਬਸਤਾਂ ਦੇ ਵਿਹੜੇ ਅਤੇ ਜਿਹਦਾ ਜੀ ਕਰਦਾ ਉੱਠ ਕੇ ਜਾਣ ਨੂੰ ਹੁਣ ਤੁਰ ਪਓ ਅਤੇ ਮੇਰੀਆਂ ਮਾਵਾਂ ਭੈਣਾਂ ਬਜ਼ੁਰਗਾਂ ਦਾ ਭਰਾਵਾਂ ਦਾ ਪੁਲਿਸ ਅਫਸਰਾਂ ਦਾ ਛੋਟੇ ਬੱਚਿਆਂ ਦਾ ਸਭ ਸਾਡੇ ਮੂਵੀ ਵਾਲੇ ਭਰਾ ਟੈਂਟ ਵਾਲੇ ਸਟੇਜਾਂ ਵਾਲੇ ਸਾਡੇ ਬਿੱਟੂ ਸਾਊਂਡ ਸਾਡੇ ਸੌਰਵ ਸਾਹਿਬ ਥੈਂਕ ਯੂ ਬ੍ਰਦਰ ਔਰ ਜਿੰਨੇ ਵੀ ਆਹ ਦੁਕਾਨਾਂ ਵਾਲੇ ਸਾਡੇ ਭਰਾ ਏ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕੋਈ ਲਫ਼ਜ਼ ਇਸ ਜ਼ੁਬਾਨ 'ਚੋਂ ਖਰਾ ਨਾ ਨਿਕਲਿਆ ਹੋਵੇ ਉਹਦੇ ਲਈ ਮਾਫ਼ੀ ਹੈ ਪੰਮੇ ਲਈ ਇੱਕ ਵਾਰੀ ਫੇਰ ਕਹਿੰਦਾ ਪੰਮਿਆਂ ਜਿਉਂਦਾ ਵੱਸਦਾ ਰਹਿ ਰੱਬ ਲੰਬੀਆਂ ਉਮਰਾਂ ਦੇਵੇ ਮੇਰੇ ਇਸ ਛੋਟੇ ਵੀਰ ਨੂੰ ਇੱਦਾਂ ਹੀ ਗਾਉਂਦਾ ਰਹਿ ਮੈਂ 37 ਸਾਲ ਦਾ ਜੀ 37 ਮਸਤ ਬਣਾ ਦੇਣਗੇ ਬੀਬਾ ਉਹ ਯਾਰ ਉਹ ਬਾਪੂ ਦੀ ਫਰਮਾਇਸ਼ ਰਹਿ ਗਈ ਉਹ ਬੋਲ ਜ਼ਰੂਰ ਪੜ੍ਹਦਾ ਮੈਂ ਗੀਤ ਹਾਲਾਂਕਿ ਨਾਲ ਮੇਲ ਨਹੀਂ ਖਾਂਦਾ ਪਰ ਕੋਈ ਨਹੀਂ ਇਹ ਜਿੰਨਾ ਕੋਲੇ ਮਾਵਾਂ ਹੈ ਨੀ ਪੁੱਛੀ ਦੁੱਖ ਸੋਹਣਿਆ ਛਾਂ ਕਿੱਥੋਂ ਮਿਲੂ ਹੈ ਜਦੋਂ ਹੈ ਨੀ ਰੁੱਖ ਸੋਹਣਿਆ ਉਹ ਬੰਦਾ ਰੋਂਦਾ ਉਹ ਬੰਦਾ ਰੋਂਦਾ ਉਹ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਥਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਪਿੱਛੋਂ ਪਾਣੀ ਨੂੰ ਉਹ ਤਰਸਦੀਆਂ ਮਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਦੁੱਧਾਂ ਨਾਲ ਉਹ ਪੁੱਤ ਪਾਲ ਕੇ ਅਤੇ ਮਾਵਾਂ ਭੈਣਾਂ ਦੀ ਫਰਮਾਇਸ਼ ਹੈ ਗਾ ਕੇ ਉਹ ਤੋਂ ਬਾਅਦ ਚੱਲਾਂਗੇ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਘੁੱਟ ਪਿਆਉਣੀ ਸਾਧ ਨੇ ਇੱਕੋ ਹੀ ਘੁੱਟ ਪਿਆਉਣੀ ਉਹ ਛੁੜਾ
वाहे गुरु वाहे गुरु बोल छड़ो तुसी भी बोलो व्याह छेती हो जाएंगे वाहे गुरु बोल प्यारे आ वाहे गुरु बोल प्यारे आ वाहे गुरु बोल फकीरा अल्लाह अल्लाह बोल फकीरा अल्लाह अल्लाह बोल फकीरा अल्लाह अल्लाह बोल फकीरा अल्लाह अल्लाह नारायण मेरा नारायण नारायण ओम नारायण नारायण मेरा नारायण नारायण मेरा नारायण नारायण ओम नारायण नारायण ओम नारायण एको है भाई एको है एको है भाई एको है एको है भाई एको है साहिब मेरा 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 एको है एको है भाई एको है एको है भाई एको है एको है भाई एको है साहिब मेरा 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 साहिब मेरा एको है साहिब मेरा एको है साहिब मेरा एको है जैसे आ जा आ जा पम्मे आ जा यार आ जा कट्ठे फोटो खिचाली एक सोनू पम्मे नू लैके आई उधरों ला देना आ जाओ बापू जी आ जाओ सारे आ जी थैंक यू ब्रदर थैंक यू साडी कॉस्पेरिटी थी साडे पिंड आके इतना बढ़िया प्रोग्राम किया साडे मामा दा पैणा दा प्रताप है जस्सा भाई ये मेरा जुंडी दा यार सी यूनिवर्सिटी पढ़े हां बहुत साल साडा रिश्तेदार ए पड़ोसिया साहब है साडे आ जा पम्मा आ जा पम्मा भाई थैंक यू जी लाजमी लाजमी आया पम्मे कला दिए आया कला दिए भाई होनी कहते किसानी ले जरूर दो बोल गा जो आ स्वर हैगा काके स्वर हैगा असी हक दी लड़ाई हक नाल लड़ांगे असीं जित्तांगे ते देग ते फतेह पड़ांगे असीं हक दी लड़ाई हक नाल लड़ांगे असीं जित्तांगे ते देग ते फतेह पड़ांगे सानू माण पिंड वालियो सानू माण मां मेरियो सानू माण वीर मेरे अपने इतिहास के उत्ते बाकी दुध पानी ये जंग का मैदान करूगा
ਨੀ ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਹ ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਹ ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਲਓ ਵੀ ਸੱਜਣੋ ਬਹੁਤ ਬਹੁਤ ਆਦਰ ਸਤਿਕਾਰ ਸਾਡੇ ਦੋਵੇਂ ਭਰਾਵਾਂ ਵੱਲੋਂ ਸਾਡੀਆਂ ਮਾਵਾਂ ਦਾ ਵੀ ਸਾਡੀਆਂ ਭੈਣਾਂ ਦਾ ਵੀ ਸਾਡੇ ਬਜ਼ੁਰਗਾਂ ਦਾ ਸਾਰੇ ਪੁਲਿਸ ਅਫਸਰ ਸਾਹਿਬਾਨ ਰੱਬ ਵਰਗਿਓ ਭਰਾਵੋ ਸਾਡੇ ਲਈ ਤੁਸੀਂ ਬਹੁਤ ਸਤਿਕਾਰ ਹੈ ਤੁਹਾਡਾ ਸਭ ਅਫਸਰਾਂ ਦਾ ਇੱਥੋਂ ਦੀ ਪੂਰੀ ਮੈਨੇਜਮੈਂਟ ਦਾ ਸਾਡੇ ਬਾਹਰਲੇ ਮੁਲਕਾਂ 'ਚ ਭਰਾ ਜਿਹੜੇ ਇਸ ਉਰਸ ਦੇ ਲਈ ਸਪੈਸ਼ਲੀ ਆਏ ਹੈ ਉਹਨਾਂ ਸਾਰਿਆਂ ਦਾ ਛੋਟੇ ਬੱਚਿਆਂ ਦਾ ਸਭ ਇੱਥੇ ਮਿਹਨਤੀ ਕਿਰਤੀ ਕਾਮਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਹੈਲੋ ਬਾਬਿਓ ਥੈਂਕ ਯੂ ਬੜੀ ਮਿਹਰਬਾਨੀ ਬਾਈ ਕਵਰ ਗਰੇਵਾਲ ਜੀ ਅਤੇ ਸਾਰੀ ਉਹਨਾਂ ਦੀ ਟੀਮ ਹੈ ਚਲੋ ਬਾਈ ਜੀ ਚਲੋ ਓਕੇ ਥੈਂਕ ਯੂ ਸ਼ੁਕਰਗੁਜ਼ਾਰ ਹਾਂ ਔਰ ਹੋ ਗਿਆ ਜੀ ਸਨਮਾਨ ਪ੍ਰਧਾਨ ਸਾਹਿਬ ਔਰ ਸਾਰੀ ਜਿੰਨੀ ਵੀ ਮੈਨੇਜਮੈਂਟ ਹੈ ਦੋ ਮਿੰਟ ਲਈ ਸਟੇਜ ਖਾਲੀ ਕਰ ਦਿਓ ਯਾਰ ਥੱਲੇ ਫੋਟੋਆਂ ਕਰਾ ਲਓ ਠੀਕ ਹੈ ਜੀ ਆ ਜਾਓ ਥੱਲੇ ਆ ਜਾਓ ਵੀਰ ਮੇਰੇ ਸਾਰੇ ਪਲੀਜ਼ ਗੁਰਵਿੰਦਰ ਭਾਅ ਜੀ ਸਾਡੀ ਜੇ ਸੀ ਬੀ ਤੰਦਾ ਤੋਂ ਤੁਹਾਡਾ ਤਾਂ ਨਾਮ ਹੀ ਬਹੁਤ ਚੱਲਦਾ ਫੇਮਸ ਹੈ ਥੈਂਕ ਯੂ ਥੈਂਕ ਯੂ ਜੀਤੇ ਭਾਜੀ ਜੀਤੇ ਭਾਜੀ ਹਾਂਜੀ ਸਿੱਧੂ ਭਾਜੀ ਉੱਪਰ ਆ ਜਾਓ ਤੁਸੀਂ ਦੋ ਮਿੰਟ ਲਈ ਇੱਧਰ ਜਿਹੜੀ ਸਾਰੀ ਸਾਡੀ ਟੀਮ ਹੈ ਉਹਨਾਂ ਦੀ ਫੋਟੋ ਹੋ ਜਾਵੇ ਔਰ ਰਾਮਪਾਲ ਜੀ ਅਡੀਸ਼ਨਲ SHO ਸਾਹਿਬ ਸਾਰੀ ਚਾਚਾ ਜੀ ਸਾਰੀ ਟੀਮ ਆ ਜਾਓ ਇੱਧਰਲੀ ਸਾਈਡ ਦੇ ਉੱਤੇ ਆ ਜਾਓ ਸਿੱਧੂ ਭਾਅ ਜੀ ਉੱਪਰ ਆ ਜਾਓ ਕੋਈ ਨਹੀਂ ਜ਼ਰੂਰ ਆ ਬੱਚਿਆਂ ਦੀ ਕਰ ਦਿਓ ਫੋਟੋ ਜੀਤੇ ਭਾਅ ਜੀ ਇੱਥੇ ਕਵਰ ਬਾਈ ਜੀ ਇੱਧਰ ਆਓ ਸਾਰੀ ਟੀਮ ਦੇ ਨਾਲ ਇੱਕ ਸਨੈਪ ਹੋ ਜਾਵੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਸ਼ੁਕਰਗੁਜ਼ਾਰ ਹਾਂ ਸਾਰੇ ਮੇਲੀਆਂ ਦਾ ਔਰ ਥੈਂਕ ਯੂ ਭਾਅ ਜੀ ਬੜੀ ਮਿਹਰਬਾਨੀ ਇੱਧਰ ਨੂੰ ਮੂੰਹ ਇੱਧਰ ਨੂੰ ਘੁਮਾਓ ਸਾਰੀ ਮੈਨੇਜਮੈਂਟ ਜਿਹੜੀ ਆ ਜਾਓ ਇੱਥੇ ਆ ਜਾਓ ਭਾਅ ਜੀ ਆਓ ਤੁਸੀਂ ਜੀਤੇ ਭਾਅ ਜੀ ਆ ਜਾਓ ਅੱਗੇ ਆ ਜਾਓ ਜੀਤੇ ਭਾਅ